ਲਿਆ ਚਾਹ ਪੁੱਤ ਪਤਾ ਲੱਗਦਾ ਜਾਂਦੀ ਰਹਿ ਮੈਂ ਤਾਂ ਅੱਜ ਪਤਾ ਕਿੰਨੇ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ ਭੈਣ ਜੀ ਤੁਸੀਂ ਤੁਸੀਂ ਕੌਣ ਜੀ ਇਸ ਵੇਲੇ ਕੋਈ ਨੀ ਤੈਨੂੰ ਥਾਣੇ ਲਿਜਾ ਕੇ ਦੱਸਦੇ ਆ ਵੀ ਕੌਣ ਹੈ ਥੱਲੇ ਸਾਰੇ ਪੁਲਿਸ ਖੜੀ ਹੈ ਤੇਰੇ ਸਾਰੇ ਘਰ ਨੂੰ ਪੁਲਿਸ ਨੇ ਘੇਰਾ ਪਾ ਰੱਖਿਆ ਤੈਨੂੰ ਕੀ ਲੱਗਦਾ ਜੀ ਕਿਸੇ ਨੂੰ ਪਤਾ ਨੀ ਲੱਗਦਾ ਸਾਡੀ ਨਜ਼ਰ ਤੇਰੇ ਘਰ ਤੇ ਸੀਗੀ ਸਾਨੂੰ ਪਤਾ ਸੀ ਵੀ ਤੂੰ ਇੱਕ ਨਾ ਇੱਕ ਦਿਨ ਤਾਂ ਜ਼ਰੂਰ ਆਏਗਾ ਅਸੀਂ ਤੇਰੀ ਵਾਈਫ ਨੂੰ ਵਾਰਨਿੰਗ ਵੀ ਦੇ ਕੇ ਗਏ ਸੀ ਵੀ ਆਥਣ ਤੱਕ ਇਹਨੂੰ ਪੇਸ਼ ਕਰ ਦੇ ਪਰ ਇਹਦੇ ਇਸ ਜਨਾਨੀ ਦੇ ਕੰਮ ਤੇ ਜੂੰ ਨਹੀਂ ਸਰਕੀ ਦਿਲ ਤਾਂ ਕਰਦਾ ਮੈਂ ਦੋ ਕਾਂਸਟੇਬਲ ਬੁਲਾ ਕੇ ਲੇਡੀਜ਼ ਇਹਨੂੰ ਵੀ ਕੁੱਤਣੀਓਂ ਫੜ ਕੇ ਲੈ ਕੇ ਜਾਵਾਂ ਨਾ ਮੈਡਮ ਜੀ ਐਡਾ ਵੱਡਾ ਜ਼ੁਲਮ ਨਾ ਮੇਰੇ ਤੇ ਕਰਿਓ ਆਹ ਪੁੱਛ ਲਓ ਮੂੰਹ ਤੇ ਖੜਾ ਇਹ ਤਾਂ ਫੋਨ ਵੀ ਬੰਦ ਆਈ ਅਸੀਂ ਨਹੀਂ ਕੁਝ ਪੁੱਛਣਾ ਪੁੱਛਣਾ ਮੇਰੀ ਬੇਨਤੀ ਤਾਂ ਸੁਣੋ ਜੀ ਮੈਂ ਕੋਈ ਆਮ ਬੰਦਾ ਨਹੀਂ ਹੈਗਾ ਮੈਂ ਫੇਰ ਵੀ ਚੰਨੀ ਪ੍ਰਧਾਨ ਦਾ ਬੰਦਾ ਹਾਂ ਜੀ ਖਾਸ ਤੇ ਤੁਹਾਨੂੰ ਪੈਸੇ ਪੁਸੇ ਦਵਾ ਦੂੰ ਬਸ ਕਰ ਕੋਈ ਗੱਲ ਨਹੀਂ ਹੁਣ ਵੀ ਚੰਨੀ ਦਾ ਖਾਣਾ ਛੱਡ ਦੇ ਚੰਨੀ ਨੂੰ ਵੀ ਤੇਰੇ ਮਗਰ ਹੀ ਜੇਲ੍ਹ ਦੀਆਂ ਰੋਟੀਆਂ ਖਵਾਵਾਂਗੇ ਪਹਿਲਾਂ ਤੂੰ ਚੱਲ ਚੱਲ ਦੱਸ ਕਿਹਦਾ ਬੰਦਾ ਹੈ ਹਾਂਜੀ ਕਿਹਦਾ ਬੰਦਾ ਮੈਂ ਬੰਦਾ ਤਾਂ ਜੀ ਚੰਨੀ ਪ੍ਰਧਾਨ ਦਾ ਜੀ ਕਿਹਨੇ ਕਿਹਾ ਸੀ ਤੈਨੂੰ ਮਾਰਨ ਨੂੰ ਇਹ ਮਾਰਨ ਨੂੰ ਤਾਂ ਮੈਨੂੰ ਕਿਸੇ ਨੇ ਨਹੀਂ ਕਿਹਾ ਜੀ ਬਸ ਮੈਂ ਤਾਂ ਉਹਨਾਂ ਨੂੰ ਕੁਛ ਕਹਿਣ ਗਿਆ ਸੀਗਾ ਵੀ ਤੁਸੀਂ ਚੰਨੀ ਪ੍ਰਧਾਨ ਦੇ ਆਖੇ ਲੱਗ ਜਾਓ ਵੀ ਜ਼ਮੀਨ ਉਹਨਾਂ ਦੇ ਨਾਂ ਲਵਾ ਦਿਓ ਪਰ ਉਹ ਆਖੇ ਨਹੀਂ ਲੱਗੇ ਫਿਰ ਮੈਥੋਂ ਗੋਲੀ ਚੱਲ ਗਈ ਜੀ ਦੇਖ ਵਿਕਰ ਸਿੰਘ ਤੇਰੇ ਸ਼ਤਰੌੜ ਵੀ ਬਹੁਤ ਫਿਰ ਗਿਆ ਹੁਣ ਤਾਂ ਮੰਨ ਜਾ ਨਹੀਂ ਮੈਂ ਜਿਹੜੀ ਗੱਲ ਹੋਈ ਹੈ ਜੀ ਉਹ ਤੁਹਾਨੂੰ ਦੱਸਤੀ ਵੀ ਕਾਤਲ ਤਾਂ ਮੈਥੋਂ ਹੀ ਹੋਇਆ ਤੇ ਹੋਰ ਨਹੀਂ ਕਿਸੇ ਦਾ ਨਾਂ ਜੀ ਬਸ ਮੈਨੂੰ ਤੁਸੀਂ ਜਿਵੇਂ ਮਰਜ਼ੀ ਕਰੋ ਮੈਨੂੰ ਲੱਗਦਾ ਇਹਨੂੰ ਛਿੱਤਰਾਂ ਦੀ ਘਾਟ ਹੈ ਹੋਰ ਨਹੀਂ ਜੀ ਜਨਾਬ ਹੁਣ ਮੈਨੂੰ ਕੁੱਟੋ ਨਾ ਬਸ ਮੇਰੀ ਪੋਰੀ ਪੋਰੀ ਟੁੱਟ ਗਈ ਜੀ ਕੋਈ ਨੀ ਹਜੇ ਤਾਂ ਪਤਾ ਨੀ ਅਸੀਂ ਤੇਰਾ ਕੀ ਤੋੜਨਾ ਸੱਚੋ ਸੱਚ ਦੱਸ ਦੇ ਮੈਡਮ ਜੀ ਸੱਚ ਤਾਂ ਬੋਲ ਰਿਹਾ ਜੀ ਇਹ ਤਾਂ ਛੋਟਾ ਮੋਟਾ ਦਲਾਲ ਹੈ ਜੀ ਵੈਸੇ ਪ੍ਰਧਾਨ ਜੀ ਨਾਲ ਰਹਿੰਦਾ ਨਹੀਂ ਵੈਸੇ ਪ੍ਰਧਾਨ ਜੀ ਦਾ ਕੋਈ ਹੱਥ ਨਹੀਂ ਹੈ ਹਾਂ ਤੂੰ ਚੱਪ ਨਾਲ ਸਾਰਾ ਪਤਾ ਜੀ ਇਹਨਾਂ ਨੂੰ ਬਸ ਮੈਂ ਤਾਂ ਉਹਦੇ ਨਾਲ ਨਾਲ ਹੀ ਰਹਿੰਦਾ ਸੀ ਉਹ ਕੋਈ ਨਹੀਂ ਖਾ ਸਾਡਾ ਫਰਕ ਹੈਗਾ ਜੀ ਤੂੰ ਕੀ ਛੱਪੜ ਦਾ ਗਵਾ ਡੱਡੂ ਬਣਿਆ ਹੋਇਆ ਮੈਨੂੰ ਲੱਗਦਾ ਤੂੰ ਵੀ ਆਪਣੀ ਨੌਕਰੀ ਤੋਂ ਹੱਥ ਧੋਣੇ ਨੇ ਬਿਕਰ ਸਿੰਘ ਹਾਂ ਜੀ ਮੰਨ ਜਾ ਦੱਸੋ ਜੀ ਕੀ ਕਹਿੰਦੇ ਦੇਖ ਮੈਂ ਤੈਨੂੰ ਪਿਆਰ ਨਾਲ ਕਹਿੰਦੀ ਆ ਦੱਸ ਦੇ ਤੇਰੇ ਤੋਂ ਕਤਲ ਕਿਹਨੇ ਕਰਵਾਇਆ ਜੇ ਤੂੰ ਸੱਚ ਦੱਸੇਗਾ ਨਾ ਅਸੀਂ ਕਾਤਲ ਨੂੰ ਫੜਾਂਗੇ ਤੈਨੂੰ ਅਸੀਂ ਮਾਫ ਕਰ ਦਾਂਗੇ ਸਜ਼ਾ ਤੇਰੀ ਤੇਰੀ ਗਵਾਹ ਮੈਂ ਬਣ ਜਾਊਂਗੀ ਦੇਖ ਤੂੰ ਆਪਣੀ ਧੀ ਦਾ ਵਿਆਹ ਵੀ ਕਰਨਾ ਤੇਰਾ ਟੱਬਰ ਵੀ ਹੈ ਜੇ ਤੂੰ ਉਹਨਾਂ ਦੀ ਸੁੱਖ ਲੋੜਦਾ ਨਾ ਤਾਂ ਸਭ ਕੁਝ ਸੱਚ ਸੱਚ ਦੱਸ ਦੇ ਨਹੀਂ ਤਾਂ ਫਿਰ 20-25 ਸਾਲ ਜੇਲ੍ਹ 'ਚ ਤਾਂ ਤੂੰ ਫਿਰ ਜਾਏਂਗਾ ਹੀ ਮੈਂ ਤੇਰਾ ਫ੍ਰੀ 'ਚ ਸਾਰਦੀ ਹਾਂ ਕੀ ਕਹਿੰਦਾ ਬਿਕਰਾ ਜੇ ਤੂੰ ਸੱਚ ਦੱਸਦਾ ਤਾਂ ਚੰਨੀ ਪ੍ਰਧਾਨ ਫੜਿਆ ਜਾਓ ਫਿਰ ਨਾ ਨਹੀਂ ਜੀ ਇਹ ਕਾਤਲ ਤਾਂ ਮੈਥੋਂ ਹੀ ਹੋਇਆ ਜੀ ਤੂੰ ਸੱਚ ਦੱਸਿਆ ਕਿ ਨਹੀਂ ਸੱਚ ਹੈ ਜੀ ਕਾਤਲ ਮੈਥੋਂ ਹੀ ਹੋਇਆ ਜੀ ਬਸ ਮੇਰੇ 'ਤੇ ਪਰਚਾ ਪਾ ਦਿਓ ਜੀ
ਮੈਨੂੰ ਲੱਗਦਾ ਤੈਨੂੰ ਧੀ ਤੇ ਆਪਣੀ ਵਾਈਫ ਪਿਆਰੀ ਨਹੀਂ ਹੈ। ਲੈ ਜਾ ਇਹਨੂੰ ਘੜੀਸਕੇ, ਲਾ ਦੇ ਢੂਹੀ ਤੇ ਚਾਰ ਡੰਡੇ, ਫਿਰ ਅਕਲ ਆਉਣੀ ਇਹਨੂੰ। ਜਦੋਂ ਘਿਓ ਸਿੱਧੀ ਉਂਗਲੀ ਨਾਲ ਨਾ ਨਿਕਲੇ ਨਾ ਤਾਂ ਉਂਗਲੀ ਟੇਢੀ ਕਰਨੀ ਪੈਂਦੀ ਹੈ, ਤੇ ਮੈਨੂੰ ਲੱਗਦਾ ਇਹਦੇ ਹੋਰ ਸ਼ਤਰੌੜ ਫੇਰਨਾ ਪੈਣਾ, ਫਿਰ ਕੰਮ ਲੋਟ ਆਊਗਾ। ਮੇਰੀ ਗੱਲ ਸੁਣ ਲਾ ਬਿਕਰਾ। ਹਾਂ ਜੀ, ਠੀਕ ਆ। ਆਪਣੀ ਚਾਹੇ ਪਹਿਲਾਂ ਲੱਖ ਲਿਆ ਸੀਗੀ, ਪਰ ਹੁਣ ਮੈਨੂੰ ਵਰਦੀ ਦੇ ਪ੍ਰਧਾਨ ਜੀ ਦੇ ਇਹ ਕੰਮ ਕਰਨਾ ਪੈਣਾ। ਤੂੰ ਕਿਸ ਹਿਸਾਬ ਦੇ ਤੇ ਮੰਨ ਲਿਆ? ਠੀਕ ਆ, ਠੀਕ ਹੈ। ਤੇ ਹੁਣ ਇਹ ਗੱਲ ਤੋਂ ਮੁੱਕਰੀ ਵੀ ਨਾ, ਮੈਂ ਆਪਦੇ ਤੇ ਲੈ ਲਾ। ਹਾਂ ਲੈ ਤਾਂ ਲਿਆ ਤੂੰ, ਪਰ ਮੁੱਕਰਨਾ ਨਹੀਂ ਇਹ ਗੱਲ ਤੋਂ। ਠੀਕ ਹੈ ਜੀ। ਕਿਤੇ ਇੱਥੇ ਪ੍ਰਧਾਨ ਜੀ ਦਾ ਨਾਂ ਪਾ ਦੇ, ਮੇਰੀ ਵਰਦੀ ਨੂੰ ਖਤਰਾ ਹੋ ਜੇ, ਇੱਥੇ ਸਾਰੇ ਆਪਾਂ ਬੱਚੇ ਰਗੜੇ ਜਾਵਾਂਗੇ, ਨਾਲੇ ਤੈਨੂੰ ਪੈਸੇ ਨਹੀਂ ਮਿਲਣੇ। ਉਹ ਤਾਂ ਠੀਕ ਹੈ, ਪਰ ਬਾਈ ਬਣ ਕੇ ਤੂੰ ਮਾੜਾ ਮੈਡਮ ਤੋਂ ਨਾ ਬੋਝ ਕੇ ਮੈਨੂੰ ਨਸ਼ਾ ਪੱਤਾ ਵੀ ਦੇ ਜੀ, ਉਹਦੇ ਵੀ ਨਾਲ ਮੇਰਾ ਸਰੀਰ ਟੁੱਟੀ ਜਾਂਦਾ। ਉਹ ਤੂੰ ਟੈਨਸ਼ਨ ਨਾ ਲੈ ਸਰੀਰ ਟੁੱਟਣ ਦੀ, ਹੁਣ ਆਪਾਂ ਇੱਕ ਖੇਡ ਖੇਡਦੇ ਹਾਂ। ਮੈਂ ਪਟੇ ਵਾਲੀ ਮਸ਼ੀਨ ਲਿਆਉਣਾ ਚੱਕ ਕੇ, ਤੂੰ ਕੀ ਕੰਮ ਕਰਨਾ? ਬਸ ਇਕੱਲੀਆਂ ਚੀਕਾਂ ਮਾਰਨੀਆਂ ਨੇ, ਠੀਕ। ਮੈਡਮ ਨੂੰ ਕੀ ਪਤਾ ਲੱਗਣਾ? ਮਾਰ ਨਾਲੇ ਜਿਹੜੀ ਆ ਬਾਹਲੀ ਇਮਾਨਦਾਰੀ ਜੀ ਦਿਖਾਉਂਦੀ ਹੈ ਨਾ, ਕਰੀ ਜਾਂਦਾ ਪ੍ਰਧਾਨ ਇਹਦਾ ਹੱਲ, ਇਹਦੀ ਇਮਾਨਦਾਰੀ ਜੀ ਵਿੱਚ ਹੀ ਘੋਟੂਗੀ। ਪਰ ਤੂੰ ਨਾ ਗੱਲ ਤੋਂ ਮੁੱਕਰ ਜੀ, ਕਿਤੇ ਕਿਤੇ ਲਿਹਾਜ਼ ਲਿਹਾਜ਼ 'ਚ ਰਹਿ ਜੇ, ਆਪਣੀ ਮੈਡਮ ਮੂਹਰੇ ਆਪਣੀ ਕੋਈ ਲਿਹਾਜ਼ ਨਹੀਂ, ਠੀਕ ਹੈ। ਪ੍ਰਧਾਨ ਦਾ ਬੰਦਾ ਤਾਂ ਕਰਕੇ ਤੈਨੂੰ ਥੋੜ੍ਹਾ ਮੋਟਾ ਬਖਸ਼ੀ ਜਾਂਦਾ ਮੈਂ, ਠੀਕ। ਨਹੀਂ ਕੋਈ ਏਡੀ ਗੱਲਬਾਤ ਨਹੀਂ ਸੀਗੀ, ਠੀਕ ਹੈ। ਮਾਰਿਓ ਨਾ ਮੇਰੇ ਹੁਣ, ਨਹੀਂ ਉਹ ਨਹੀਂ ਮਾਰਦੇ ਯਾਰ, ਪਰ ਤੂੰ ਮੁੱਕਰੀ ਨਾ ਗੱਲ ਤੋਂ, ਮੈਨੂੰ ਉੱਥੇ ਤੂੰ ਮੁੱਕਰ ਜਾਂਦਾ। ਮੈਂ ਤੈਨੂੰ ਤਿੰਨ ਵਾਰ ਇਸ਼ਾਰਾ ਵੀ ਕਰਿਆ ਮੁੱਕਰੀ ਨਾ, ਤੂੰ ਵਧੀਆ ਕੀਤਾ। ਕੋਰਟ ਦਾ ਜਦੋਂ ਫੈਸਲਾ ਹੋ ਗਿਆ, ਠੀਕ ਹੈ, ਤੈਨੂੰ ਥੋੜ੍ਹੀ ਬਹੁਤ ਸਜ਼ਾ ਹੋ ਜੂਗੀ, ਨਾ ਤੈਨੂੰ ਹੁਣ ਤਾਂ ਤੈਨੂੰ ਕੋਈ ਕੁੱਟੀ ਨਹੀਂ ਸਕਦਾ, ਠੀਕ ਹੈ। ਇੱਦੂ ਬਾਅਦ ਆਪੇ ਬਰੀ ਬੁਰੀ ਹੋ ਜਾਏਗਾ, ਕੋਈ ਚੱਕਰ ਨਾ ਵਾ ਨਾ। ਮੈਡਮ ਕਿੰਨਾ ਕੁ ਚਿਰ ਇਮਾਨਦਾਰੀ ਵਾਲਾ ਬੰਦਾ ਇੱਥੇ ਬੜਾ ਚਿਰ ਟਿਕਦਾ ਨਹੀਂ ਗਾ, ਤੈਨੂੰ ਆਪ ਨੂੰ ਪਤਾ। ਠੀਕ ਹੈ ਜੀ। ਹਾਂ ਚੰਨੀ ਪ੍ਰਧਾਨ ਹੈ ਤਾਂ ਰਹਿਣ ਨਹੀਂ ਦਿੰਦਾ, ਖੈਰ ਨਹੀਂ ਰਹਿਣ ਦਿੰਦਾ। ਨਹੀਂ ਕੁੱਟਦੇ ਨਹੀਂ, ਡਰਨਾ ਕੋਟ ਲੈਣ ਦੇ, ਜਿਹੜੀ ਇਮਾਨਦਾਰੀ ਘੋਟਦੀ ਆ, ਦੇਖਦੇ ਦੀ ਇਮਾਨਦਾਰੀ ਕਿੰਨਾ ਕੁ ਚਿਰ ਚੱਲੂਗੀ। ਬਥੇਰੀਆਂ ਆਈਆਂ ਮੈਡਮ ਇੱਥੇ ਇਹੋ ਜਿਹੀਆਂ, ਠੀਕ। ਅਤੇ ਇੱਥੇ ਬੈਠ, ਠੀਕ ਆ, ਤੁਹਾਨੂੰ ਪਤਾ ਲੱਗ ਗਿਆ ਹੱਸ ਕੱਲੀਆਂ ਚੀਕਾਂ ਮਾਰੀ, ਆਪਾਂ ਨਾਟਕ ਹੀ ਕਰਨਾ, ਮੈਡਮ ਤਾਂ ਹੁਣ ਵਗ ਜਾਣਗੇ। ਅਜੇ ਇੱਥੇ ਉਹ ਬੁਲਬੁਲ ਉਹ ਖੜੀ ਹੋ, ਕੀ ਹੈ ਜੀ, ਕਿਉਂ ਰੌਲਾ ਪਾਇਆ ਤੁਸੀਂ? ਰਾਤ ਨੂੰ ਸੌਣ ਕਿਉਂ ਨਹੀਂ ਦਿੰਦੇ? ਕੀ ਹੋਇਆ? ਹੋਣਾ ਕੀ ਆ, ਉਹ ਬਿਕਰ ਆਇਆ ਸੀ। ਬਿਕਰ ਆਇਆ ਸੀ ਤੋਰ ਇੰਨੀ ਰਾਤ ਨੂੰ? ਤੇ ਉਹ ਰਾਤ ਨੂੰ ਹੀ ਆਉਣਾ, ਪੁਲਿਸ ਪਈ ਵੀ ਇੱਦਾਂ ਤਾਂ ਆ ਨਹੀਂ ਸਕਦਾ। ਗੱਲ ਸੁਣ ਲਾ, ਮੈਨੂੰ ਖਤਰਾ ਲੱਗਦਾ, ਉਹਦਾ ਪਤਾ ਨਹੀਂ ਕੋਈ, ਜੇ ਚਾਰ ਪਟੇ ਮਾਰੇ ਨਾ ਤਾਂ ਨਾਮ ਉਹਦੀ ਕਰ ਲੈ ਦੂਗਾ। ਤੂੰ ਐਂ ਕਰ, ਕੱਲ੍ਹ ਨੂੰ ਤੂੰ ਆਪਦੇ ਪੇਕੇ ਵਗ ਜਾ ਯਾਰ, ਪੇਕੇ ਵਗ ਜਾ। ਹੋਰ ਪੰਜ ਚਾਰ ਪੰਜ ਦੱਸਾਂ ਕੀ ਗੱਲ ਹੈ, ਜੇ ਮੈਡਮ ਜੀ ਨੇ ਤੈਨੂੰ ਕੁਛ ਬੋਲਤਾ ਮੇਰਾ ਗੁੱਸਾ ਭੈੜਾ। ਗੱਲਬਾਤ ਤੁਹਾਡਾ ਗੁੱਸਾ ਭੈੜਾ, ਮੇਰਾ ਤਾਂ ਗੁੱਸਾ ਕੁਛ ਨਹੀਂ ਹੈ। ਉਹ ਯਾਰ ਮੈਨੂੰ ਗੁੱਸਾ ਚੜਿਆ, ਜੇ ਤੈਨੂੰ ਕੋਈ ਬੋਲੇ ਨਾ, ਤੈਨੂੰ ਪਤਾ ਯਾਰ ਮੇਰਾ ਬਾਰੇ, ਤੈਨੂੰ ਬਦਲੀ ਹੋ ਜੂ ਇਹਨਾਂ ਨੂੰ, ਫਿਰ ਆਪਾਂ ਕਰ ਲਾ ਜੀ, ਫਿਰ ਤੈਨੂੰ ਬੁਲਾ ਲਓ ਨਾਲ ਦੀ ਨਾਲ। ਚਲੋ ਠੀਕ ਆ, ਹੁਣ ਮੈਨੂੰ ਸੌਣ ਦੋ ਪਲੀਜ਼, ਚੱਲ ਤੜਕੇ ਮੈਂ ਲੰਘ ਜੂ ਆਪਣਾ, ਆਪ ਛੱਡ ਕੇ ਆਊਂਗਾ, ਤਿਆਰ ਹੋਈ ਜਲਦੀ ਜਲਦੀ, ਠੀਕ ਆ ਬਾਈ। ਰੀਤਾ ਮੈਂ ਤੈਨੂੰ ਐਂ ਕਹਿ ਰਹੀ ਸੀਗੀ ਵੀ ਰਹਿਣ ਦੇ, ਕੋਈ ਤੂੰ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਦਾਵੇ ਦੂਵੇ ਵਾਲਾ, ਠੀਕ ਆ। ਤਾਂ ਆਪਣਾ ਕੇਸ ਆਪਦਾ ਵਾਪਸ ਲੈ ਲੈ ਤੂੰ, ਕਿਉਂ ਬੌਲੀ ਹੋਈ ਆ ਤੂੰ? ਲੈ ਭਾਬੀ ਕੇਸ ਐਵੇਂ ਕਿਵੇਂ ਵਾਪਸ ਲੈ ਲਾਂ, ਇਹ ਕਿਹੜਾ ਕੋਈ ਹੁਣ ਹਾਸੀ ਡੱਟਾ। ਤੈਨੂੰ ਮੈਂ ਕਿਹਾ ਨਾ ਵੀ ਬਦਲਾ ਤਾਂ ਚੰਨੀ ਨੇ ਲੈਣਾ ਹੀ ਲੈਣਾ, ਚਾਹੇ ਜੋ ਮਰਜ਼ੀ ਹੋ ਜੇ, ਮੇਰੀ ਜਾਨ ਕਿਉਂ ਨਾ ਚੱਲਦੀ। ਤੂੰ ਤਾਂ ਬਹੁਤ ਤਾੜੀ ਕਰਦੀ ਹੈਗੀ। ਸਤਿ ਸ਼੍ਰੀ ਅਕਾਲ ਜੀ ਭਾਬੀ, ਕੁਰਸੀ ਦੇ। ਸਤਿ ਸ਼੍ਰੀ ਅਕਾਲ।
ਰੀਤ ਬਿੱਕਰ ਨੂੰ ਅਸੀਂ ਅਰੈਸਟ ਕਰ ਲਿਆ ਰਾਤ ਹੀ ਉਹਦੇ ਘਰ ਤੋਂ, ਠੀਕ ਹੈ, ਤੇ ਅਸੀਂ ਉਹਦੇ ਤੇ ਕਾਰਵਾਈ ਕਰਨ ਲੱਗੇ ਹਾਂ। ਮੈਂ ਤਾਂ ਬਸ ਤੈਨੂੰ ਇਹੀ ਪੁੱਛਣ ਆਈ ਹਾਂ ਵੀ ਤੇਰੀ ਕਿਤੇ ਕੇਸ ਵਾਪਸ ਲੈਣ ਦੀ ਤਾਂ ਨਹੀਂ ਸਲਾਹ? ਨਹੀਂ ਨਹੀਂ ਮੈਡਮ ਜੀ, ਤੁਹਾਨੂੰ ਕਿਹਨੇ ਕਿਹਾ? ਨਹੀਂ ਮੈਨੂੰ ਪਤਾ ਲੱਗਾ ਸੀ ਵੀ ਜੇ ਸਰਪੰਚ ਵਾਲੇ ਕੇਸ ਵਿੱਚ ਤੂੰ ਵਾਪਸ ਲੈਣ ਨੂੰ ਫਿਰਦੀ ਸੀ ਕੇਸ। ਨਹੀਂ ਨਹੀਂ ਮੈਡਮ ਜੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਉਹ ਤਾਂ ਬਸ ਚੰਨੀ ਸਾਨੂੰ ਨਾ ਡਰਾਬੇ ਦਿੰਦਾ ਰਹਿੰਦਾ ਸੀ, ਤੇ ਹੁਣ ਤਾਂ ਮੇਰੇ ਕੋਲ ਕੁਛ ਰਿਹਾ ਵੀ ਨਹੀਂ, ਹੁਣ ਮੈਂ ਕਾਹਤੋਂ ਡਰਨਾ? ਚੰਨੀ ਤੋਂ ਡਰਨ ਦੀ ਤੈਨੂੰ ਲੋੜ ਨਹੀਂ, ਚੰਨੀ ਵੀ ਆਜੂਗਾ ਕਿਸੇ ਨਾ ਕਿਸੇ ਦਿਨ ਅੜਕੇ। ਬਸ ਤੂੰ ਮੈਨੂੰ ਇਹ ਦੱਸ ਦੇ ਵੀ ਮੈਂ ਹੁਣ ਪੈਨ ਘੁਮਾ ਦੇਣਾ, ਉਹਨੂੰ ਘੱਟੋ ਘੱਟ 20 ਸਾਲ ਦੀ ਸਜ਼ਾ ਹੋਣੀ ਆ ਵਿਕਰ ਨੂੰ। ਕੋਈ ਚੱਕਰ ਹੀ ਨਾ ਮੰਨੂ ਜੀ, ਮੈਂ ਤੁਹਾਡੇ ਨਾਲ ਆ, ਕੇਸ ਮੈਂ ਮਰਦੇ ਦਮ ਤੱਕ ਵੀ ਵਾਪਸ ਨਹੀਂ ਲੈਣਾ। ਨਹੀਂ ਮੈਡਮ ਜੀ, ਇਹਨਾਂ ਦਾ ਕੀ ਹੈਗਾ, ਇਹ ਤਾਂ ਨਿਆਣੀ ਹੈ, ਬੱਚਿਆਂ ਵਾਲੀਆਂ ਗੱਲਾਂ ਕਰਦੀ ਹੈ, ਕੇਸ ਵਾਪਸ ਲਵਾਂਗੇ ਸੀ। ਭਾਬੀ ਤੈਨੂੰ ਕੀ ਪਤਾ ਮੇਰੇ ਘਰ ਦਾ, ਤੂੰ 4 ਦਿਨ ਆਈ ਆ, ਆਰਾਮ ਨਾਲ ਰਹਿ ਲਾ ਤੇ ਮੈਨੂੰ ਵੀ ਰਹਿ ਲੈਣ ਦੇ। ਚੱਲ ਤੇਰੀ ਮਰਜ਼ੀ ਰੀਤ, ਮੇਰਾ ਤਾਂ ਕਹਿਣਾ ਹੀ ਬਣਦਾ ਸੀ, ਮੈਂ ਤਾਂ ਹੁਣ ਵਗ ਜੂੰਗੀ 1-2 ਦਿਨਾਂ ਨੂੰ। ਕੋਈ ਨਾ ਭਾਬੀ, ਤੇਰਾ ਘਰ ਆ, ਦਿਨ ਰਹਿ ਰਾਤ ਰਹਿ, ਪਰ ਕੇਸ ਵਾਪਸ ਲੈਣ ਦੀ ਗੱਲ ਨਾ ਮੈਨੂੰ ਕਰਿਆ ਕਰ। ਤੇ ਸਾਡੀ ਗੱਲ ਮੰਨਣੀ ਹੋਣੀ ਕੋਈ? ਨਹੀਂ। ਜਦ ਰੀਤ ਕੇਸ ਵਾਪਸ ਨਹੀਂ ਲੈਣਾ ਚਾਹੁੰਦੀ, ਤੁਸੀਂ ਕਿਉਂ ਦਬਾਅ ਪਾ ਰਹੇ ਹੋ ਉਹਦੇ ਤੇ ਕੇਸ ਵਾਪਸ ਲੈਣ ਲਈ? ਮੈਮ ਗਾਹਾਂ ਦੀ ਗਾਹਾਂ ਇੰਨਾ ਕੇਸ ਕਿੱਥੋਂ ਝਗੜੂਗੀ? ਕੋਈ ਗੱਲ ਨੀ ਰੀਤ, ਆਥਣ ਵੇਲੇ ਤੂੰ ਥਾਣੇ ਆ ਜੀ, ਕੁਛ ਡਾਕੂਮੈਂਟ ਸਹਿਤ ਕਾਗਜ਼ ਤੇ ਤੇਰੇ ਸਾਈਨ ਕਰਵਾਉਣੇ ਆ, ਠੀਕ ਹੈ? ਰੀਤ ਕਿਉਂ ਬੌਲੀ ਹੋਈ ਆ, ਕਿਉਂ ਤੇਰੇ ਦਿਮਾਗ ਤੇ ਮੁੱਦਾ ਠੀਕਰਾ ਵੱਜਿਆ ਹੈਗਾ? ਭਾਬੀ ਤੂੰ ਬਸ ਚੁੱਪ ਰਹਿ, ਮੈਂ ਬਹੁਤ ਕੁਝ ਖੋ ਚੁੱਕੀ ਆ, ਹੁਣ ਰਵੀ ਦਾ ਬਦਲਾ ਤਾਂ ਮੈਂ ਲੈਣਾ, ਬਸ ਇਹ ਮੇਰੇ ਮਨ ਚ ਹੀ ਆ, ਤੁਸੀਂ ਮੈਨੂੰ ਮਜਬੂਰ ਨਾ ਕਰੋ ਪਲੀਜ਼। ਚੱਲ ਤੇਰੀ ਮਰਜ਼ੀ ਹੈਗੀ, ਜਿਵੇਂ ਤੈਨੂੰ ਸੂਤ ਲੱਗਦਾ। ਹਾਂ ਹਾਂ ਠਾਣੇ ਦਾ ਉਹਦਾ ਚਲਾਨ ਚਲੂਨ ਪੇਸ਼ ਕਰਕੇ ਭੇਜ ਦੇ ਜੱਗੀ ਜਾ, ਉਹਦਾ ਇੱਕ ਵਾਰੀ ਪਰਚਾ ਤੇ ਪੈ ਗਿਆ ਫਿਰ ਕੁਛ ਨਹੀਂ ਹੁੰਦਾ। ਹਾਂ ਹਾਂ ਲੱਗਦਾ ਕੋਈ ਆ ਗਿਆ, ਚੰਗਾ ਫਿਰ ਕਰ ਦਿੰਦਾ ਨਾ ਗੱਲ। ਮੈਂ ਤਾਂ ਭਾਈ ਤੇਰੇ ਕੰਨੀ ਉਹੀ ਕੰਮ ਆਈ ਸੀ ਜਿਹੜਾ ਤੈਨੂੰ ਕਹਿ ਕੇ ਗਈ ਸੀ ਮੈਂ, ਕਿਤੋਂ ਨਾ ਕਿਤੋਂ ਫੜ ਧੜ ਕੇ ਭਾਈ ਤੈਨੂੰ ਹਿੱਲੇ ਤਾਂ ਸਾਡਾ ਕਰਨਾ ਹੀ ਪਊ। ਮੇਰੀ ਗੱਲ ਸੁਣ ਲੈ, ਮੈਂ ਹੁਣ ਪੁੱਤ ਵਾਲਾ ਨੂੰ ਕੀ ਕਹਿ ਕੇ ਖੜਾਵਾਂ, ਬੋਲ ਅਸੀਂ ਕਿਹੜੀ ਗੱਲ ਦਾ ਬਹਾਨਾ ਮਾਰੀਏ, ਸਾਨੂੰ ਇਹ ਤਾਂ ਰਾਹ ਪਾ ਦੇ ਤੂੰ। ਉਦੋਂ ਤੁਸੀਂ ਦੇਖੋ ਇਹ ਨਾ ਇੱਕ ਵਾਰੀ ਮੰਗ ਤੰਗ ਕੇ ਕੋਈ ਉਹਦਾ ਫੜ ਲਓ, ਮਹੀਨੇ ਤੱਕ ਕਰਾਰ ਕਰ ਲਿਆ, ਮਹੀਨੇ ਤੱਕ ਮੈਂ ਦੇ ਦੂੰਗਾ, ਐਂ ਕਰ ਲਓ ਇੱਕ ਵਾਰੀ। ਬੇ ਭਾਈ ਮੈਂ ਕੀ ਤਾਂ ਮੰਗਾ, ਤੀਵੀਂ ਮਾਨੀ ਹੈ, ਬੰਦਾ ਮੇਰਾ ਉੱਥੇ ਜਾ ਕੇ ਬਹਿ ਗਿਆ ਜੇਲ੍ਹ ਚ, ਦੱਸ ਵੀ ਉਹ ਤਾਂ ਫਿਰ ਉਹਦੀ ਗਲਤੀ, ਹੁਣ ਸਾਡੀ ਗਲਤੀ ਤਾਂ ਹੈ ਨਹੀਂ ਨਾ, ਉਦੋਂ ਉਹਨੇ ਦੇਖਣਾ ਸੀ ਬਈ ਹੁਣ ਸਾਰਾ ਕੁਛ ਸਾਡੇ ਨਾਲ ਕੱਢਣ, ਅੱਜ ਤਾਂ ਬਈ ਦਲਾਲੀ ਦੇ ਸਕਦਾ, ਮੈਂ ਉਹ 4 ਰੁਪਏ ਚੱਲ ਬਣ ਜਾਂਦਾ, ਜਾਂ ਉੱਧਰੋਂ ਐਂ ਕਰ ਲਓ ਰੀਤ ਕੋਲੇ ਬਾਹ ਜਾਓ ਸੌਦਾ ਕਰਵਾ ਦਿਓ, ਮੈਂ ਨਾਲ ਦੀ ਨਾਲ ਦੇ ਦੂੰ ਪੈਸੇ, ਐਂ ਕਰ ਲਓ, ਹੋਰ ਤੂੰ ਕੀ ਹੱਲ ਨਹੀਂ। ਲੈ ਤੈ ਤਾਂ ਗੱਡੇ ਨਾਲ ਕੱਟਾ ਬੰਨਤਾ, ਤੇਰੇ ਲਵੇ ਭਾਈ ਹੀਲਾ ਵਸੀਲਾ ਸਾਰਾ ਹੀ ਹੈ, ਤੂੰ ਜਾਣ ਕੇ ਮੇਰੇ ਨਾਲ ਤੀਵੀਂ ਮਾਨੀ, ਮੈਨੂੰ ਤੂੰ ਬੁੱਧੂ ਬਣਾਈ ਜਾਂਦਾ ਹੈ। ਉਹ ਬੁੱਧੂ ਨਹੀਂ, ਉਹ ਸੈਲਰ ਲੈ ਰਿਹਾ ਜੀ, ਮੈਂ ਹੁਣ ਤਾਂ ਰਿਸ਼ਤੇ ਕਰਾ ਕੇ 1 ਕਰੋੜ ਰੁਪਏ ਦੀ ਸਾਰੇ ਪੈਸੇ ਉੱਧਰ ਲਾਤੇ, ਹੁਣ ਸੈਲਰ ਇਹ ਲੈਤੀ ਥਾਂ, ਮੇਰੇ ਕਿਹੜਾ ਵਿਕੂਗਾ, ਤਾਂ ਹੀ ਨਾ ਕਿਸੇ ਨੂੰ
ਅੱਗੇ ਜਗਾੜ ਜ਼ਮੀਨ ਦਾ ਕੀਤਾ ਉਹ ਵੇਚਣਾ ਕਿੱਲਾ ਤੁਹਾਡੇ ਕਰਕੇ ਵੇਚ ਰਿਹਾ ਮੈਂ ਉਹ ਯਾਰੀ ਦੋਸਤੀ ਕਰਕੇ ਵੇਚ ਰਿਹਾ ਮੈਂ ਉਹ ਕਹਿੰਦਾ ਮਹੀਨੇ ਤੱਕ ਦੂੰ ਪੈਸੇ ਇੰਨੇ ਪੈਸੇ ਕਿਸੇ ਕੋਲ ਨਹੀਂ ਪਏ 7-8 ਲੱਖ ਰੁਪਏ ਦੀ ਗੱਲ ਹੈ ਕੋਈ 2-2.5 ਲੱਖ ਉਹਦੇ ਮੈਂ ਦੇ ਦੇਵਾਂ ਤੂੰ ਤਾਂ ਪਹਿਲਾਂ 30,000 ਨੂੰ ਯਾਹ ਕਰਿਆ ਸੀ ਉਹ ਮਰ ਗਿਆ ਮੈਨੂੰ ਕਹਿ ਕੇ ਗਿਆ ਕਹਿੰਦਾ ਮੈਂ ਚੰਨੀ ਨੂੰ ਸਾਰਾ ਹੀਲਾ ਕਹਿ ਗਿਆ ਵੀ ਕਰਕੇ ਰੱਖੂਗਾ ਵਗਦਾ ਕਹਿੰਦਾ ਚੰਨੀ ਤੋਂ ਪੈਸੇ ਫੜ ਲੈ ਤੜਕੇ ਨੂੰ ਜਾ ਕੇ ਉਹ ਮੈਂ ਉਹਨੂੰ ਦੱਸਿਆ ਹੈਗਾ ਮਹੀਨੇ ਤੱਕ ਐ ਨਹੀਂ ਕਿਹਾ ਵੀ ਵਿਆਹ ਨੂੰ ਮਹੀਨਾ ਲੇਟ ਕਰ ਲਈ ਮੈਂ ਕਹਿ ਕੇ ਸਾਰਾ ਸਮਝਾ ਕੇ ਭੇਜਿਆ ਹੁਣ ਤੇਰੇ ਕਰਕੇ ਭਈ ਅਸੀਂ ਪੁੱਤਾਂ ਨੂੰ ਖੜਾ ਦਈਏ ਹਾਂ ਪੁੱਤ ਹਾਂ ਜੀ ਪੈਸੇ ਲੈਣੇ ਤੇ ਕਢਾਉਣਾ ਪਊਗਾ ਉਹ ਅੱਗੇ ਛੋਟੀ ਮਰਜ਼ੀ ਦੇ ਕਾਲੀ ਤੇ ਹੋਰ ਕਰਨਾ ਠੀਕ ਹੈ ਠੀਕ ਹੈ ਚੱਲ ਕੋਈ ਗੱਲ ਨਹੀਂ ਪਤਾ ਹੀ ਹੈ ਮੈਨੂੰ ਤਾਂ ਤੂੰ ਦੇਈ ਖੜਾ ਟਾਵੇਂ ਹੈ ਜਿਹੜਾ ਪਸਾਉਣ ਵਾਲਾ ਸੀ ਉਹ ਤਾਂ ਪਸਾ ਕੇ ਰੱਖਤਾ ਭਾਲਦੇ ਪੈਸੇ ਪੈਸੇ ਦੇ ਵੀ ਦਿੰਦਾ ਇਹਦੀ ਆਕੜ ਕਰਕੇ ਨਹੀਂ ਦਿੱਤੇ ਉਦੋਂ ਕਹਿੰਦੀ ਸਾਡੇ ਵਿਕਰ ਨੂੰ ਰਲ ਨਾਲ ਦਿਆ ਕਰ ਪ੍ਰਧਾਨ ਮਾੜਾ ਬੰਦਾ ਹੁਣ ਚੰਗੇ ਚੰਗਾ ਬਣ ਗਿਆ ਮੈਂ ਤੇ ਵੀਰ ਦਿਮਾਗ ਖਰਾਬ ਕਰਕੇ ਰੱਖ ਦਿੱਤਾ ਜੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਹਾਂ ਤੁਸੀਂ ਮੇਰੇ ਨਾਲ ਹੀ ਚੱਲ ਵੜਦੇ ਮੈਨੂੰ ਨਾ ਡਰ ਲੱਗੀ ਜਾਂਦਾ ਜੇ ਤੁਹਾਨੂੰ ਕੁਛ ਹੋ ਗਿਆ ਫਿਰ ਮੈਂ ਕੀ ਕਰਾਂਗੀ ਉਹ ਡਰ ਨਾਲੇ ਕੀ ਗੱਲ ਹੈ ਉਹ 4 ਦਿਨਾਂ ਦੀ ਗੱਲ ਹੈ ਯਾਰ ਉਹ ਨਾ ਫਿਕਰ ਕਰੀ ਜਾ ਆ ਚੱਲੀ ਐਵੇਂ ਕਿਉਂ ਕਰਦੇ ਹੋ ਜੀ ਮੇਰਾ ਦਿਲ ਨਹੀਂ ਲੱਗਣਾ ਤੁਹਾਡੇ ਤੋਂ ਬਗੈਰ ਮੈਂ ਕਹਿੰਦੀ ਤੁਸੀਂ ਮੇਰੇ ਨਾਲ ਹੀ ਚਲੋ ਨਹੀਂ ਉਹ 4 ਦਿਨਾਂ ਦੀ ਗੱਲ ਹੈ ਮੈਂ ਫੋਨ ਕਰਕੇ ਹੁਣੇ ਆਟਿਆ ਮੈਂ ਉਹ ਕਹਿੰਦਾ ਵੀ ਪਰਚਾ ਦੇ ਕੇ ਭੇਜ ਦੇ ਇੱਕ ਵਾਰੀ ਵਗ ਗਿਆ ਜੇਲ੍ਹ ਚ ਵਗ ਕੇ ਦੂਗਾ ਕੋਈ ਟੈਨਸ਼ਨ ਨਹੀਂ ਮੈਂ ਬਦਲੀ ਕਰਾ ਕੇ ਜਾਊਂਗੀ ਮੈਡਮ ਜੀ ਦੀ ਤੇ 1 ਤਰੀਕ ਨੂੰ ਵਰਤਾ ਉਪਰਾ ਵਰਤ ਤਾਂ ਪਹਿਲਾਂ ਹੀ ਆ ਜੀ ਅੱਜ ਤਰੀਕ ਹੀ ਸਾਰੀ 20 ਹੋਈ ਹੈ ਕੀ 4 ਦਿਨ 25-30 ਨੂੰ 26 ਨੂੰ ਮੁੜਿਆ ਜੀ ਤੂੰ ਚਲੋ ਠੀਕ ਆ ਹਾਂ ਆਏ ਬਹੁਤ ਬਹੁਤ ਮੁਬਾਰਕਾਂ ਥਾਣੇਦਾਰੀ ਮਿਲਣ ਦੀਆਂ ਚਲੋ ਇਹ ਤਾਂ ਹੋਣੀ ਸੀਗਾ ਜੀ ਇੱਕ ਦਿਨ ਤੁਸੀਂ ਟੈਨਸ਼ਨ ਨਾ ਲਓ ਜੀ ਇਹਦਾ ਮੈਂ ਥਾਣਾ ਹੋਣਾ ਪਹਿਲਾਂ ਜਿਵੇਂ ਪਹਿਲਾਂ ਚੱਲਦਾ ਸੀ ਮੈਂ ਆਪਣੇ ਆਪ ਸਾਂਭ ਲਵਾਂਗਾ ਉਹ ਥਾਣੇਦਾਰਾ ਸਤਿ ਸ੍ਰੀ ਅਕਾਲ ਵਧਾਈਆਂ ਥਾਣੇਦਾਰ ਬਣ ਗਿਆ ਮੈਡਮ ਜੀ ਸਤਿ ਸ੍ਰੀ ਅਕਾਲ ਸੋਨੂਗੀ ਤੇ ਤੂੰ ਕੁਰਸੀ ਤੇ ਕਿਉਂ ਬੈਠਾ ਬਸ ਹੁਣ ਕੁਰਸੀ ਆਪਣੇ ਕੋਲ ਹੀ ਆ ਠੀਕ ਹੈ ਮੈਡਮ ਜੀ ਚੰਨੀ ਨਾਲ ਭਿੜਿਆ ਸਮਝ ਲਓ ਝੜਿਆ ਤੇ ਨਾਲ ਇੱਕ ਤੁਹਾਨੂੰ ਗੁਣ ਦਿੰਦਾ ਸਲਾਹ ਹਾਰੇ ਹੋਏ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਆਪਦਾ ਕਦੇ ਬੰਦਾ ਮਾਰ ਨਹੀਂ ਖਾਂਦਾ ਪ੍ਰਧਾਨ ਨਾ ਬਹੁਤ ਖੁੱਤੀ ਚੀਜ਼ ਹੈ ਕੰਗ੍ਰੈਚੁਲੇਸ਼ਨ ਥੈਂਕਸ ਮੈਮ ਉਹ ਮੈਡਮ ਵਾਸਤੇ ਮਠਿਆਈ ਮਠੂਰੀ ਲਿਆ ਦੇ ਉਹ ਮੈਂ ਮਠਿਆਈ ਲਿਆਇਆ ਸੀ ਮੈਡਮ ਕਹਿੰਦੇ ਸਾਨੂੰ ਸ਼ੂਗਰ ਆ ਅਸੀਂ ਮਿੱਠਾ ਘੱਟ ਖਾਂਦੇ ਹਾਂ ਸ਼ੂਗਰ ਫ੍ਰੀ ਵੀ ਮਠਿਆਈ ਆਉਣ ਲੱਗ ਗਈ ਆ ਮੈਨੂੰ ਕਹਿੰਦਾ ਮੈਂ ਲਿਆਉਂਦਾ ਇਹ ਜਿਹੜੀ ਤੂੰ ਭਾਜੀ ਪਾਈ ਆ ਨਾ ਮੈਂ ਬਹੁਤ ਜਲਦੀ ਵਾਪਸ ਕਰਾਂਗੀ ਠੀਕ ਆ ਮੈਡਮ ਜੀ ਤੁਹਾਡੀ ਭਾਜੀ ਲਈ ਮੈਂ 24 ਘੰਟੇ ਹਾਜ਼ਰ ਹਾਂ ਤੁਹਾਡੀ ਬਹੁਤ ਜ਼ਿਆਦਾ ਬੈਠਣ ਜਰਾ ਬਹੁਤ ਕੰਮ ਮੰਤਰੀ ਸਪਾਰਸਾਂ ਪਵਾ ਪਾ ਕੇ ਨਾ ਤੈਨੂੰ ਥਾਣੇਦਾਰ ਬਣਾਇਆ ਹੁਣ ਚੱਲ ਮਾਣਾ ਇੱਕ ਸਟਾਰ ਵਧਿਆ ਨਹੀਂ ਐਵੇਂ ਸਾਰੇ ਇਮਾਨਦਾਰੀ ਦਾ ਝੋਨੂ ਚੱਲੀ ਜਾਂਦਾ ਇੱਥੇ ਜਦੋਂ ਦੀ ਮੈਡਮ ਆਈ ਆ 1 ਰੁਪਿਆ ਨਹੀਂ ਬਣਿਆ ਆਪਦੀ ਤਨਖਾਹ ਚੋਂ ਪੈਟਰੋਲ ਪੋ ਕੇ ਆਉਣਾ ਮੈਂ ਰੋਜ਼ ਉਹ ਕੋਈ ਗੱਲ ਨਹੀਂ ਆ ਤੂੰ ਵਿਕਰ ਵਾਲਾ ਕੰਮ ਵਧਿਆ ਕਰਤਾ ਜੇ ਨਾਮ ਲੈ ਆਂਦਾ ਕੰਮ ਕਸੂਤਾ ਕਰ ਦੇਣਾ ਸੀ ਮੈਡਮ ਨੇ ਮੈਡਮ ਹੁਣ ਸਰ ਕਹਿੰਦੀ ਪੁਰਾਣੇ ਕੇਸ ਕੱਢੋ ਮੈਂ ਕਿਹਾ ਮੈਡਮ ਇਹ ਤਾਂ ਐਂ ਰਹਿਣਗੇ ਦੱਬੇ ਹੋਏ ਇੰਨਾ ਦਿਨ ਕਿਉਂ ਉੱਠਣੇ ਮੁੜ ਕੇ ਉਹ ਬਸ ਇਹਨਾਂ ਮਚਾ ਮਚੂ ਦੀ ਪਰੇ ਇਹ ਤਾਂ ਸਮਝ ਲਓ ਹੋ ਗਏ
ਚੱਲ ਠੀਕ ਆ, ਹੁਣ ਮੈਂ ਵੀ ਜਾਣਾ ਤੇ ਆ ਜੀ ਕੋਠੀ ਤੇ, ਕੱਲਾ ਹੀ ਆਣਾ, ਤੇਰੀ ਭਾਬੀ ਤੇ ਗਈ ਹੋਈ ਆ। ਠੀਕ ਹੈ ਜੀ, ਜ਼ਰੂਰ ਆਵਾਂਗੇ। ਸਤਿ ਸ਼੍ਰੀ ਅਕਾਲ ਜੀ। ਓਏ ਆਓ ਸਰਪੰਚ ਸਾਹਿਬ ਜੀ। ਆਏ ਜੀ ਆਏ। ਹੋਰ ਦੱਸੋ ਕਿਵੇਂ ਹੋ? ਠੀਕ ਹੈ ਠੀਕ ਹੈ, ਵਧੀਆ, ਤੁਹਾਨੂੰ ਦੱਸ? ਠੀਕ ਹੈ ਜੀ। ਅਤੇ ਉਹ ਮੈਡਮ? ਓਹੋ, ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੀ, ਮੈਡਮ ਤਾਂ ਚਲੇ ਗਏ। ਚਲੇ ਗਏ? ਹਾਂਜੀ। ਕਿੱਥੇ ਵਾ ਕੇ ਉਹ? ਜਿੱਥੇ ਉਹਨਾਂ ਨੇ ਜਾਣਾ ਸੀਗਾ ਉਹਨਾਂ ਦੀ ਬਦਲੀ ਹੋ ਗਈ। ਪਤਾ ਕੀ ਗੱਲ ਆ ਜੀ, ਇਹ ਥਾਣੇ ਦੇ ਵਿੱਚ ਨਾ ਥੋੜ੍ਹਾ ਜਿਹਾ ਇਮਾਨਦਾਰ ਲੋਕ ਘੱਟ ਚੱਲਦੇ ਨੇ, ਸਾਡੇ ਵਰਗੇ ਅਫਸਰ ਅਸਲ ਵਿੱਚ ਵੀ ਇਮਾਨਦਾਰ ਜ਼ਿਆਦਾ ਚੱਲਦੇ ਨੇ। ਸਮਝ ਗਿਆ ਸਮਝ ਗਿਆ, ਕੀ ਕਹਿਣਾ ਚਾਹੁੰਦਾਗਾ ਤੂੰ? ਹਾਂਜੀ ਸਮਝ ਗਿਆ। ਵੀ ਜਿਹੜਾ ਅੱਜ ਕੱਲ੍ਹ ਬੰਦਾ ਇਮਾਨਦਾਰ ਆ, ਹਾਂਜੀ, ਉਹ ਤੇ ਕਿਤੇ ਪੈਰ ਨਹੀਂ ਲੱਗਦੇ। ਲੱਗਦੇ ਜਿਹੜੀ ਸਾਨੂੰ ਪਤੀ ਹੈ। ਸਹੀ ਗੱਲ ਆ। ਹਾਂ ਸਹੀ ਗੱਲ ਆ, ਸਹੀ ਗੱਲ ਹੈ, ਬਾਕੀ ਗੱਲ ਸਹੀ ਕਹਿਤੀ। ਤਾਂ ਹੀ ਤਾਂ ਭਾਈ ਫਿਰ ਮੇਰੇ ਨਾਲ ਵੀ ਆਈ ਹੁੰਦੀ, ਤਾਂ ਹੀ ਮੈਨੂੰ ਨਹੀਂ ਟਿਕਣ ਦਿੰਦਾ ਕੋਈ। ਉਹੀ ਗੱਲ ਇਹ ਗੱਲ ਤਾਂ ਜਿਹੜੀ ਸੱਚ ਮੰਨਣੀ ਪਊ, ਇਮਾਨਦਾਰ ਬੰਦੇ ਤਾਂ ਕੋਈ ਪੈਰ ਨਹੀਂ ਲੱਗਣ। ਸਹੀ ਗੱਲ ਹੈ, ਤਾਂ ਮੈਂ ਤੇਰੀ ਗੱਲ ਮੰਨ ਜਾਵਾਂ, ਸਹਿਮਤ ਤੇਰੀ ਗੱਲ ਨਾਲ। ਤੁਸੀਂ ਦੱਸੋ ਕਿਵੇਂ ਹੋ? ਹੁਣ ਤੁਸੀਂ ਆ, ਭਾਵੇਂ ਸਾਰੀ ਉਮਰ ਇੱਥੇ ਬੈਠੇ ਹੋ, ਤੁਹਾਡੀ ਕੋਈ ਬਦਲੀ ਨਹੀਂ ਕਰਦਾ, ਹੈ ਨਾ? ਸਹੀ ਗੱਲ ਹੈ, ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਦਰਬਾਰ ਸਾਹਿਬ। ਤੁਸੀਂ ਸਿਸਟਮ ਦੇ ਹਿਸਾਬ ਨਾਲ ਚੱਲਦੇ ਹੋ, ਜਿਹੜਾ ਇਮਾਨਦਾਰ ਬੰਦਾ ਆ ਜਾਂਦਾ ਉਹ ਆਪਦੇ ਹਿਸਾਬ ਨਾਲ ਚੱਲਦਾ ਹੈ, ਉਸ ਗੱਲ ਆ ਹੀ ਹੋ ਜਾਂਦੀ ਹੈ। ਅਸੀਂ ਵੀ ਪਹਿਲਾਂ ਬਣੇ ਰਹੇ ਹਾਂ ਜੀ, ਕੁਛ ਨਹੀਂ ਬਣਦਾ, ਬਾਕੀ ਘਰ ਵੀ ਚਲਾਉਣਾ ਹੁੰਦਾ। ਸੱਚੇ ਬੰਦੇ ਨੂੰ ਇੱਥੇ ਕੋਈ ਨਹੀਂ ਛੱਡਦਾ, ਸਭ ਲੱਤਾਂ ਖਿੱਚਣ ਵਾਲੀਆਂ ਆ ਰਹੀਆਂ, ਆਪਾਂ ਸਿਸਟਮ ਦੇ ਹਿਸਾਬ ਨਾਲ ਚੱਲਦੇ ਹਾਂ। ਚਲੋ ਇਹ ਗੱਲ ਛੱਡੋ, ਤੁਸੀਂ ਦੱਸੋ ਕਿਵੇਂ? ਮੈਂ ਤਾਂ ਐਂ ਆਇਆ ਸੀਗਾ, ਮੈਂ ਸੁਣਿਆ ਸੀ ਕਹਿੰਦੇ ਵਿਕਰ ਇੱਥੇ ਆ ਗਿਆ, ਲਿਆਂਦਾ ਪੁੱਛ ਗਿੱਛ ਕਰਨ ਵਾਸਤੇ, ਇਨਕੁਆਇਰੀ ਹੁੰਦੀ ਹੈ। ਮੈਂ ਤਾਂ ਆਇਆ ਸੀਗਾ, ਮੈਂ ਕੀ ਦੱਸਿਆ, ਕੁਛ ਦੱਸਿਆ ਕੁਛ ਹੋਣੀ ਵਿਕਰ ਨੇ? ਉਹਨਾਂ ਨੇ ਕੀ ਦੱਸਣਾ ਜੀ, ਅਸੀਂ ਤਾਂ ਬਹੁਤ ਟੌਰਚਰ ਕੀਤਾ ਪਰ ਉਹ ਮੰਨ ਹੀ ਨਹੀਂ ਰਹੇ। ਵੈਸੇ ਵੀ ਉਹਨਾਂ ਦਾ ਕੋਈ ਕਸੂਰ ਹੈ ਹੀ ਨਹੀਂ ਲੱਗਦਾ ਮੈਨੂੰ ਤਾਂ ਗੱਲ 'ਚ। ਅਸੀਂ ਤਾਂ ਵੈਸੇ ਕੱਲ੍ਹ ਰਾਤ ਲੈ ਕੇ ਆਏ ਸੀਗੇ, ਸਾਡੀ ਜਿੱਥੇ ਕਿ ਜਿੰਨੀ ਕੁ ਸਾਥੋਂ ਹੋਈ ਅਸੀਂ ਪੁੱਛਤਾਛ ਕੀਤੀ, ਉੱਪਰੋਂ ਸਾਨੂੰ ਐਕਸ ਸਾਹਿਬ ਕਹਿੰਦੇ ਵੀ ਸਾਡੇ ਵਾਲੇ ਥਾਣੇ 'ਚ ਭੇਜ ਦਿਓ, ਅਸੀਂ ਆਪੇ ਕਰਾਂਗੇ। ਮੈਂ ਚਲੋ ਸਾਡੀ ਸਿਰਦਰਦੀ ਘਟੂਗੀ, ਅਸੀਂ ਤਾਂ ਰਾਤ ਹੀ ਸ਼ਿਫਟ ਕਰਵਾ ਲਾ ਸੀ, ਸਾਡੇ ਕੋਲ ਆਪਣੇ ਥਾਣੇ 'ਚ ਨਹੀਂ ਹੈਗਾ ਉਹ। ਨਹੀਂ ਇੱਥੇ ਨਹੀਂ ਹੈਗਾ ਜੀ, ਮੈਨੂੰ ਤਾਂ ਇਹ ਜਾਂ ਜਾਂਦੇ ਆ ਥਾਣੇ ਦੇ ਨਾਲ, ਉਹਦੇ ਨਾਲ ਗੱਲਬਾਤ ਕਰਦੇ ਹਾਂ, ਵੇਖਣ ਨਾਲ ਪੁੱਛਾਂ ਗੱਲਬਾਤ ਕੋਈ। ਨਹੀਂ ਨਹੀਂ ਜੀ, ਆਪਣੇ ਨਹੀਂ ਹੈਗਾ, ਬਾਕੀ ਉਹਦਾ ਜੀ ਜਿਹੜਾ ਬਣਦਾ ਉਹ ਕੇਸ ਆ, ਉਹ ਤਾਂ ਪਾ ਕੇ ਅੰਦਰ ਸਜ਼ਾ ਕੱਟ ਰਿਹਾ ਹੋਊਗਾ ਆਪਦੀ, ਉਹਦਾ ਪਿੱਕਰ ਦਾ ਤਾਂ ਹੁਣ ਕੀ ਕੇਸ ਰਹਿ ਗਿਆ, ਉਹਦਾ ਜਿਹੜੀ ਪੁੱਛਤਾਛ ਕਰਨੀ ਸੀ ਜੀ ਕਰ ਲਈ। ਮੰਨ ਹੀ ਲਿਆ ਜੀ, ਬਾਕੀ ਮੈਨੂੰ ਤਾਂ ਲੱਗਦਾ ਕੋਈ ਕਸੂਰ ਹੈ ਵੀ ਨਹੀਂ ਵੈਸੇ। ਕਸੂਰ ਤਾਂ ਕਿਉਂ ਨਹੀਂ, ਦੱਸਦਾ ਤਾਂ ਹੈਗੇ ਵੀ ਆਹ ਬੰਦੇ ਮਿੱਥੋਂ ਐਂ ਕਰਾਇਆਗਾ, ਉਹ ਤਾਂ ਦੱਸਿਆ ਪਤਾ ਲੱਗੂਗਾ ਹੁਣ, ਐਂ ਥੋੜ੍ਹੀ ਜਾ ਕੇ ਉਹਨੇ ਉਹ ਕਰਤਾ। ਅਕਸਰ ਕਿਸੇ ਹੋਰ ਬੰਦੇ ਵੀ ਹੁੰਦਾ ਗਾ, ਮਾਰਨ ਵਾਲੇ ਹੋਰ ਹੁੰਦੇ, ਇੰਨਾ ਦਾ ਤੈਨੂੰ ਵੀ ਪਤਾ ਹੋਣਾ ਚਾਹੀਦਾ ਹੈਗਾ। ਉਹ ਤਾਂ ਠੀਕ ਆ, ਚਲੋ ਜੀ ਚੱਲ ਰਹੀ ਆ ਇਨਵੈਸਟੀਗੇਸ਼ਨ, ਦੇਖੋ ਜਿਵੇਂ ਅੱਗੇ ਹੁੰਦਾ ਗਾ। ਵੀ ਹਜੇ ਤੱਕ ਕੁਛ ਦੱਸਿਆ ਨਹੀਂ? ਨਹੀਂ ਹਜੇ ਕੁਛ ਦੱਸਿਆ ਨਹੀਂ ਵੈਸੇ। ਚੱਲ ਠੀਕ ਆ, ਉਹ ਤਾਂ ਉਹ ਮੈਂ ਤੈਨੂੰ ਐਂ ਪੁੱਛਦਾ ਸੀਗਾ, ਉਹ ਕੀ ਕਹਿੰਦਾ ਕਹਿ ਕੰਮ ਆ ਇਹਦੇ, ਮੈਂ ਤਾਂ ਹੀ ਭੁੱਲ ਜਾਂਦਾ ਗੱਲਾਂ 'ਚ ਲੱਗ ਲੱਗ ਤੇਰੇ ਕੋਲੇ। ਦੱਸੋ ਦੱਸੋ, ਕੋਈ ਗੱਲ ਨਹੀਂ। ਉਹ ਮੈਡਮ ਫਿਰ ਮੈਂ ਕੰਮ ਵਿੱਚ ਹੀ ਛੱਡ ਗਈ। ਮੈਡਮ ਦਾ ਜੀ ਫਿਰ ਐਵੇਂ ਨਾ, ਇਮਾਨਦਾਰ ਬੰਦੇ ਨੇ ਘੱਟ ਅਤੇ ਲੋੜ ਹੀ ਜ਼ਿਆਦਾ ਗਈ ਉੱਪਰ, ਅਤੇ ਸਟਾਫ ਕਰਕੇ ਥੋੜ੍ਹਾ ਜਿਹਾ ਉਹ ਕਹਿੰਦੇ ਸਾਨੂੰ ਦਿੱਕਤ ਵੀ ਆਉਂਦੀ ਹੈ ਵੀ ਉਹ ਕੁਛ ਕੁ ਪ੍ਰਧਾਨ ਸਾਹਿਬ ਨੇ, ਤੁਹਾਨੂੰ ਪਤਾ ਹੀ ਆ ਜਿਹੜਾ ਇੱਥੇ ਖੜਦਾ ਗਾ ਬਦਲੀ ਕਰਵਾਈ ਦਿੰਦੇ ਨੇ, ਬਾਕੀ ਤੁਹਾਨੂੰ ਆਪ ਨੂੰ ਪਤਾ ਇਮਾਨਦਾਰੀ ਕਿੰਨਾ ਕੁ ਚਿਰ ਚੱਲਦੀ ਹੈ ਸਰਪੰਚ ਸਾਹਿਬ। ਪ੍ਰਧਾਨ ਇੰਨਾ ਕਾਹੋ ਕਰਦਾ, ਇੰਨਾ ਜ਼ੋਰ ਆ ਪ੍ਰਧਾਨ ਦਾ। ਇਹ ਹੋਰ ਜੀ ਸਰਪੰਚ ਸਾਹਿਬ, ਪ੍ਰਧਾਨ ਸਾਹਿਬ ਦਾ ਤਾਂ ਉੱਪਰ ਤਾਂ ਹੀ ਜ਼ੋਰ ਹੈਗਾ, ਤੁਸੀਂ ਦੇਖ ਲਓ ਹੁਣ ਤਾਂ ਜਿਹੜੇ ਵੀ ਮਤਲਬ ਉਹਨਾਂ ਨੂੰ ਲੱਗਦਾ ਗਾ ਹਟਾਉਣ ਵਾਲਾ ਬੰਦਾ ਮਿੰਟ ਮਾਰ ਦੇਗੇ। ਆ ਮੈਡਮ ਜੀ ਲਾ ਲਓ ਤੁਸੀਂ, ਕਿੰਨਾ ਕੁ ਚਿਰ ਖੜੇ ਨੇ, ਹਫ਼ਤਾ ਕੰਮ ਨਹੀਂ ਕਰਿਆ ਪ੍ਰੋਪਰ, ਬੜੇ ਕਹਿੰਦੇ ਸੀ ਮੈਨੂੰ ਐਂ ਨਹੀਂ ਕਰਤਾ ਤੂੰ ਕੇਸ ਐਂ ਰੱਖਦਾ, ਆਪ ਪਏ ਸਾਰੇ ਪੈਂਡਿੰਗ ਕੇਸ, ਉਹਨੇ ਠਾਣਾ ਸਾਡੇ ਹਿਸਾਬ ਨਾਲ ਚੱਲੂਗਾ ਜੀ। ਅੱਛਾ ਜੀ, ਹਾਂਜੀ ਚਲੋ ਠੀਕ ਹੈ, ਹਾਂ ਤੁਹਾਡੀ ਮਾਨ, ਤੁਸੀਂ ਟੈਨਸ਼ਨ ਨਾ ਲਵੋ, ਤੁਹਾਡੇ ਕੇਸ ਅਕੋਰਡਿੰਗ ਜਿਹੜੀ ਜਿੰਨੀ ਵੀ ਇਨਫੋਰਮੇਸ਼ਨ ਮਿਲਦੀ ਆ ਮੈਂ ਤੁਹਾਨੂੰ ਘਰੇ ਦੱਸ ਦਿਆਂਗਾ ਜਾਂ ਫੋਨ 'ਤੇ ਇਨਫੋਰਮੇਸ਼ਨ ਦੇ ਦਾਂਗਾ।
ਮੈਨੂੰ ਤਾਂ ਕਿਹੜੀ ਆ, ਮੈਂ ਤਾਂ ਜਦੋਂ ਆਇਆ ਕਰੂੰਗਾ ਪਰਮੇਸ਼ਰ ਨਹੀਂ ਮਿਲਦੀ ਰਿਹਾ ਗੁਰੂ ਇੱਥੇ, ਮੈਨੂੰ ਹੁਣ ਪਤਾ ਲੱਗੇ ਖੜਾ ਵਾ ਕਿਹੜਾ ਇੱਥੇ ਕੁਛ ਹੋਣਾ ਗਾ, ਜਿਹੜਾ ਜਿਹੜੀ ਕਰਨ ਵਾਲੇ ਆਈ ਸੀ ਉਹ ਤਾਂ ਨਹੀਂ ਕੁਛ ਹੋਇਆ, ਬਸ ਤੁਹਾਡਾ ਤਾਂ ਹੁਣ ਮੈਨੂੰ ਪਤੀ ਹੈ ਬਸ, ਜਦੋਂ ਆਇਆ ਕਰੋ ਉਹਦੀ ਮੈਨੂੰ ਆਈ ਪਤਾ ਲੱਗਿਆ ਕਰੋ ਜੀ। ਹਾਂ ਜੀ ਪਰਮੀਸ਼ਨ ਕਰੀ ਜਾਂਦੇ ਹੋ ਗਈ ਜੀ, ਬਸ ਉਹਨੂੰ ਮਾਰਤਾ, ਉਹਨੇ ਫਲਾਣੇ ਨੂੰ ਮਾਰਤਾ ਜੀ, ਅਤੇ ਤੁਹਾਡੇ ਕੇਸ ਦੀ ਰੈਜੂਕੇਸ਼ਨ ਚੱਲੀ ਜਾਂਦੀ ਹੈ ਜੀ, ਬਸ ਬੰਦੇ ਲਾਏ ਹੋਏ, ਬਸ ਆਏ ਪੁੱਛ ਕੇ ਮੁੜਨਾ ਪਿਆ ਕਰੋ, ਪਰ ਹੁੰਦਾ ਹੁੰਦਾ ਕੁਛ ਨਹੀਂ ਲੱਗਦਾ। ਮੈਂ ਤੁਹਾਨੂੰ ਐਂ ਕੋਈ ਨਾ ਕੁਛ ਨਾ ਕੁਛ ਮੈਡਮ ਆ ਜਾਂਦੀ, ਕੋਈ ਨਾ ਕੋਈ ਗੱਲ ਮੇਰੀ ਰਾਹ ਪਾ ਜਾਂਦੀ, ਪਰ ਹੁਣ ਜਦੋਂ ਉਹ ਤੋਂ ਨਹੀਂ ਰਾਹ ਪਈ ਜੀ ਜੀ ਪਾਵਰ ਬਣ ਜਾਂਦਾ। ਸਰਪੰਚ ਸਰਪੰਚ ਤਾਂ ਕੀ ਹੈ ਜੀ, ਉਹ ਤਾਂ ਹਰੇਕ ਹੀ ਬਣ ਜਾਂਦਾ। ਚਲੋ ਭਾਈ ਤੇਰੀ ਮੰਨ ਲੈਂਦੇ ਗੱਲ, ਸਰਪੰਚ ਹਰੇਕ ਬਣ ਜਾਂਦਾ, ਉਹ ਬਣਨਾ ਤਾਂ ਕੰਮ ਤਾਂ ਕੋਈ, ਅੱਜ ਕੱਲ੍ਹ ਤਾਂ ਬਣਨਾ ਤਾਂ ਮੈਂਬਰ ਵੀ ਔਖਾ ਗਾ, ਉਹ ਤਾਂ ਹੈ ਹੀ। ਚਲੋ ਉਹ ਹੀ ਵੋਟਾਂ ਲੈਣੀਆਂ ਪੈਂਦੀਆਂ, ਜੇ 100-150 ਵੋਟ ਬੋਲੋ ਪਾਊ ਵੋਟ, ਪਿੰਡ ਦੇ ਹਿਸਾਬ ਨਾਲ ਵੋਟ ਹੁੰਦੀ ਵੀ ਕਿੰਨੀ ਹੋਊਗੀ, ਫਿਰ ਜਾ ਕੇ ਮੈਂਬਰ ਬਣਦਾ। ਤੈਨੂੰ ਪਤਾ ਵੋਟਾਂ ਦਾ ਇੱਕ ਹਰਾ ਨਹੀਂ ਬੰਦੇ ਨੂੰ। ਉਹ ਵੀ ਉਹਦੀ ਗੱਲ ਸਿਆਣੀ, ਮੈਂ ਸਮਝ ਸਕਦਾ ਜੀ। ਹੁਣ ਜੇ ਆਪਾਂ ਕਹੀਏ ਵੀ ਪੁਲਿਸ ਵਾਲੀ ਨੌਕਰੀ ਐਂ ਮਿਲ ਜਾਂਦੀ ਹੈ, ਕਿਹੜਾ ਐਂ ਮਿਲ ਜਾਂਦੀ ਹੈ, ਅਕਸਰ ਤਾਂ ਮਿਹਨਤ ਕਰਨੀ ਪੈਂਦੀ ਹੈ ਕਿ ਨਹੀਂ ਕਰਨੀ ਪੈਂਦੀ। ਸਹੀ ਗੱਲ ਹੈ ਜੀ, ਕੰਮ ਤਾਂ ਕੋਈ ਹੈ, ਮਿਹਨਤ ਕਰਨੀ ਪੈਂਦੀ ਹੈ, ਉੱਥੋਂ ਤੱਕ ਪਹੁੰਚਣ ਵਾਸਤੇ ਬੰਦੇ ਨੂੰ ਬਹੁਤ ਜ਼ੋਰ ਲਾਉਣਾ ਪੈਂਦਾ ਗਾ। ਚਲੋ ਮੈਂ ਤਾਂ ਆਈ ਆਇਆ ਸੀ, ਦੋ ਤਿੰਨ ਕੰਮ ਜੇ ਸੀਗੇ, ਗੱਲ ਘਰ ਆ ਤੂੰ ਦੱਸਦਾ ਕਿ ਮੈਡਮ, ਬਾਕੀ ਮੈਨੂੰ ਤਾਂ ਵੱਡਾ ਕੰਮ ਤਾਂ ਮੈਡਮ ਤਾਂ ਹੀ ਸੀਗਾ। ਇੱਕ ਮੈਨੂੰ ਆਹ ਦੱਸਿਆ ਸੀਗਾ ਕਹਿੰਦੇ ਵਿਕਰ ਆਊਗਾ, ਮੈਂ ਜਾਣਾ ਵਿਕਰ ਨੂੰ ਮਿਲਿਆ ਮਾਂਗਾ। ਚੱਲ ਹੁਣ ਵਿਕਰ ਮੈਨੂੰ ਆਏ ਤਾਂ ਦੱਸਦੇ ਵੀ ਵਿਕਰ ਨੂੰ ਜੇ ਮਿਲਣਾ ਹੋਵੇ ਕਿੱਥੇ ਮਿਲ ਸਕਦਾ ਮੈਂ ਵਿਕਰ ਨੂੰ? ਤੁਸੀਂ ਮੈਂ ਅੱਜ ਸ਼ਾਮ ਤੱਕ ਤੁਹਾਨੂੰ ਪੁੱਛ ਕੇ ਦੱਸ ਦੂੰਗਾ ਜੀ, ਮਤਲਬ ਕਿਹੜੇ ਥਾਣੇ 'ਚ ਉਹਨਾਂ ਨੂੰ ਅੱਗੇ ਸ਼ਿਫਟ ਕੀਤਾ ਗਿਆ ਹੈਗਾ, ਮੈਂ ਤੁਹਾਨੂੰ ਪਤਾ ਕਰਕੇ ਦੱਸ ਦੂੰਗਾ। ਨਾ ਹਜੇ ਉੱਥੇ ਭੇਜਿਆ ਨਹੀਂ ਜੀ, ਅੱਜ ਉਹਨੂੰ ਪੁੱਛ ਗਿੱਛ ਚੱਲੀ ਜਾਂਦੀ ਹੈ ਜੀ। ਹੈ ਹਾਂ, ਹਜੇ ਪੁੱਛ ਗਿੱਛ ਚੱਲ ਰਹੀ ਹੈ ਜੀ ਪ੍ਰੋਪਰ। ਨਹੀਂ ਤਾਂ ਜੇ ਉੱਥੇ ਭੇਜਦੇ ਹਾਂ ਜੇਲ੍ਹ 'ਚ, ਫਿਰ ਬੰਦਾ ਜਾ ਕੇ ਜੇਲ੍ਹ 'ਚ ਮਿਲਿਆ, ਫਿਰ ਤਾਂ ਗੱਲ ਹੀ ਖਤਮ ਹੋ ਜੇ। ਹਾਂ ਹਾਂ, ਉਹੀ ਗੱਲ, ਲਾਈਨ ਹੀ ਬਦਲਾ ਦਾ ਵੀ ਕਿਤੇ ਉੱਧਰ ਲੈ ਜਾਂਦੇ ਕਿ ਉੱਧਰ ਲੈ ਜਾਂਦੇ, ਪਿੱਛੇ ਪੁੱਛਾ ਨਹੀਂ ਕਿਸੇ ਜੀ, ਪੁੱਛ ਗਿਆ ਸਭ ਥਾਂ ਬਦਲਦਾ ਉਹਨੂੰ। ਪੁੱਛ ਕੇ ਸੋ ਮੰਨ ਨਹੀਂ ਨਾ ਰਿਹਾ ਜੀ, ਮੇਨ ਗੱਲ ਤਾਂ ਇਹ ਹੈਗੀ। ਉਹੀ ਮੈਂ ਕਹਿੰਦਾ ਸੀ ਮਾਰਾ, ਕਹਿੰਦਾ ਇੱਥੇ ਜਾਂਦਾ ਵੀ ਇੱਥੇ ਵੀ ਪੁੱਛਗਿੱਛ ਹੋਊਗੀ, ਮੈਨੂੰ ਤਾਂ ਇਹ ਚੱਲ ਮੈਂ ਇੱਥੇ ਹੋਊਗਾ ਵੀ ਜਾ ਕੇ ਪੁੱਛ ਦਿੰਦੇ ਮਾੜਾ ਮੋਟਾ। ਚੱਲ ਕੋਈ ਗੱਲ, ਇੰਨਾ ਤਾਂ ਕੰਮ ਕਰਦੀ, ਕਿਹੜਾ ਸਾਨੂੰ ਵੀ ਕੋਈ ਦੱਸ ਦਿਆ ਕਰ ਵੀ ਵਿਕਰ ਕਿੱਥੇ ਮਿਲੂ ਮੈਨੂੰ, ਬੜਾ ਪ੍ਰਧਾਨ ਨੂੰ ਵੀ ਦੱਸੀ ਦਾ ਮਾੜਾ ਮੋਟਾ, ਸਰਪੰਚ ਨਾਲ ਵੀ ਉਹ ਕਰ ਲਿਆ ਕਰੋ। ਇਹ ਤਾਂ ਦੇਖੋ ਜੀ ਮਾਨਤਾ ਹੁੰਦਾ, ਜਿਹੜਾ ਮਾਨਤਾ ਕਰਨ ਆਪਾਂ ਉਨੀ ਗੱਲ ਅਗਲੇ ਨੂੰ ਦੱਸ ਦਿੰਦੇ ਹਾਂਗੇ। ਉਹ ਕੋਈ ਨਹੀਂ, ਮਾਨਤਾ ਉਹਨੂੰ ਮੈਂ ਕਿਹੜਾ ਦੱਸ ਭੇਜਿਆ, ਚੱਲ ਮੈਨੂੰ ਐਂ ਦੱਸ ਮਾਨਤਾ ਤੇਰਾ ਕਰ ਦਿਆਂਗੇ ਜਿਵੇਂ ਤੂੰ ਕਹੀਂ ਆਪਾਂ ਉਵੇਂ ਕਰ ਲਾਂਗੇ, ਮੈਨੂੰ ਵਿਕਰ ਦਾ ਪਤਾ ਦੇ ਇੰਨਾ ਕੰਮ ਕਰਕੇ ਦੇ। ਆ ਚੱਲ ਤੇਰਾ ਨਵਾਦਾ ਰਿਹਾ, ਤੇਰਾ ਮਾਨਤਾ ਨੂੰ ਕਰਦੇ ਕੋਈ ਨਾ, ਆਪਾਂ ਕਿਹੜਾ ਤੇਰੇ ਤੋਂ ਭੱਜਦੇ ਹਾਂ, ਫਿਰ ਕਿਹੜਾ ਤੁਹਾਡੇ ਕੋਲ ਤਾਂ ਮੈਨੂੰ ਰੋਜ਼ ਹੀ ਆਉਣਾ ਪੈਂਦਾ, ਇਕੱਲਾ ਕਿਹੜਾ ਪ੍ਰਧਾਨ ਤੁਹਾਡੇ ਕੋਲ ਰੋਜ਼ ਆਉਂਦਾ ਹੈ। ਤਾਂ ਠੀਕ ਹੈ ਛੱਡੀ ਗੱਲ, ਠੀਕ ਹੈ ਚੱਲ ਇੰਨਾ ਕੁ ਕੰਮ ਕਰ। ਸਰਮਤ ਸਾਹਿਬ ਹਾਂਜੀ, ਮੈਂ ਤੁਹਾਨੂੰ ਸ਼ਾਮ ਤੱਕ ਦੱਸ ਦੂੰਗਾ, ਪਰ ਸਾਡੇ ਵੀ ਹੱਥ ਬੰਨੇ ਹੋਏ ਜੀ, ਕੋਈ ਵੀ ਮੁਜਰਮ ਜਿੰਨਾ ਚਿਰ ਤੱਕ ਕੋਈ ਕੇਸ ਨਹੀਂ ਬਣਦਾ ਅਸੀਂ ਦੱਸ ਨਹੀਂ ਸਕਦੇ ਉਹ ਕਿੱਥੇ ਆ, ਕਾਨੂੰਨੀ ਅਪਰਾਧ ਹੈ ਨਾ ਸਾਡੇ ਵੀ। ਮੈਨੂੰ ਪਤਾ ਤੁਹਾਡੇ ਕਾਨੂੰਨੀ ਅਪਰਾਧਾਂ ਦਾ, ਬਾਹਰ ਤੁਸੀਂ ਬੰਨ ਮੇ ਰੱਖਦੇ, ਕੋਈ ਗੱਲ ਨਹੀਂ, ਤੂੰ ਮੈਨੂੰ ਦੱਸ ਦੀ ਕੋਈ ਗੱਲ, ਬਾਕੀ ਸਾਰੀ ਗੱਲ ਰਹੀ ਮੈਂ ਸਭ ਕੁਝ ਜਾਣਦਾ ਗਾ, ਤੂੰ ਮੈਨੂੰ ਕਿਹਾ ਦੱਸ ਦੇ ਕਿੱਥੇ ਆ। ਜੇ ਇੱਥੇ ਆ ਗਿਆ ਮੇਰੇ ਠੜ ਜੀ, ਮੈਂ ਫਿਰ ਤੁਹਾਨੂੰ ਦੱਸ ਦੂੰਗਾ, ਫਿਰ ਤੁਸੀਂ ਇੱਥੇ ਗੱਲਬਾਤ ਕਰ ਲਿਓ। ਚੱਲ ਆਹ ਤਾਂ ਬਾਹਲੀ ਵਧੀਆ ਗੱਲ ਆ, ਜੇ ਤੂੰ ਇੱਥੇ ਕਰਾ ਦੇ ਤਾਂ ਆਂਤੀ ਕੋਈ ਨਹੀਂ, ਉਹ ਤਾਂ ਕੋਈ ਨਹੀਂ। ਠੀਕ ਹੈ ਹਾਂਜੀ ਹਾਂ, ਆਹੋ ਜੇ ਨਾ ਕੋਈ ਗੱਲ ਹੋਰ ਕਿਸੇ ਪਾਸੇ ਹੁੰਦੀ ਹੋਈ, ਜੇ ਤੇਰਾ ਕੋਈ ਬੰਦਾ ਹੋਇਆ ਉੱਥੇ ਵੀ ਦੱਸ ਦੀ ਗੱਲ ਕਰਾ ਦੇਣਾ, ਤਾਂ ਨਾ ਕੋਈ ਚੱਕਰ ਨਾ ਮੰਨੋ ਜੀ। ਜੇ ਨਹੀਂ ਜਦੋਂ ਭਾਈ ਉਹਨੂੰ ਜੇਲ੍ਹ 'ਚ ਭੇਜਦਾ, ਫਿਰ ਜੇਲ੍ਹ 'ਚ ਤਾਂ ਮਿਲ ਹੀ ਲਵਾਂਗੇ। ਠੀਕ ਹੈ, ਤੁਸੀਂ ਮਾੜਾ ਧਿਆਨ ਰੱਖਿਆ ਕਰੋ ਜੀ ਆਪਾਂ ਕੋਲ, ਉਹ ਆਪਣਾ ਪੂਰੀ ਧਿਆਨ ਆ ਮਾੜਾ ਜਾਂ ਕਿਉਂ ਕਿਉਂ ਪੂਰੀ ਹੈ, ਤੁਹਾਨੂੰ ਵਹਿਮ ਕਿਉਂ ਰਹਿੰਦਾ ਗਾ, ਨਹੀਂ ਗੱਲਾਂ ਖਣੀ ਉਹੀ ਧਿਆਨ ਰੱਖਦਾ ਸੀ ਰੱਖਦੇ ਨੀਗੇ। ਹਾਂ ਤੁਹਾਨੂੰ ਪਤਾ ਜੀ ਤਾੜੀ ਤੋਂ ਇੱਕ ਹੱਥ ਨਾਲ ਨਹੀਂ ਵਾਜੀ, ਕੋਈ ਨਾ ਤੇਰੇ ਨਾਲ ਖੜਿਆ, ਤੂੰ ਮੈਨੂੰ ਗੱਲ ਮਾੜੀ ਮੋਟੀ ਸੀਆਈਡੀ ਦੇ ਕਰ, ਠੀਕ ਹੈ? ਕੋਈ ਚੱਕਰ ਨਾ ਮੰਨੋ, ਚਲੋ ਠੀਕ ਹੈ ਜੀ ਫਿਰ, ਠੀਕ ਹੈ ਫਿਰ।
ਗੁਰਖਾਨੇ ਬਣਾਉਣ ਰਹਿ ਗਿਆ ਬਸ ਉਹਦਾ ਢਵਾ ਕੇ ਉਹਦਾ ਬਣਾਤਾ ਉਹਦਾ ਢਵਾ ਕੇ ਉਹਦਾ ਬਣਾਤਾ ਕਾਹਦੀ ਸਰਪੰਚੀ ਆ ਉਹ ਸਰਪੰਚੀ ਅੱਜ ਕੱਲ੍ਹ ਵੱਡੇ ਬੰਦੇ ਦੀ ਹੁੰਦੀ ਆ ਉਹ ਦੇਖਾ ਡੂਢ ਗੱਠ ਦਾ ਬੰਦਾ ਖਨੀ ਚੰਨੀ ਅਤੇ ਮਾਤਰੇ ਨਾਲ ਹੀ ਉਹ ਆਈ ਸੀ ਮੈਡਮ ਇੱਥੇ ਲੈ ਹੁਣ ਸੁਣ ਕੇ ਆਇਆ ਗਾ ਉਹਦੀ ਵੀ ਕਹਿੰਦੀ ਅੱਗੇ ਉਹਨੇ ਬਦਲੀ ਕਰਾ ਦੀ ਲੈ ਅੰਕਲ ਗੱਲ ਕੀ ਹੋਈ ਆ ਗੱਲ ਤਾਂ ਦੱਸ ਦਿਓ ਉਹ ਗੱਲ ਤੁਹਾਨੂੰ ਦੱਸੀ ਤਾਂ ਜਾਂਦਾ ਗਾ ਵੀ ਜਿਹੜਾ ਇਨਸਾਨ ਮਿਲਣਾ ਸੀਗਾ ਮੈਨੂੰ ਤਾਂ ਮਿਲਿਆ ਨਹੀਂ ਗਾ ਉੱਡੇ ਤਾਂ ਉੱਡੇ ਕੰਮ ਰਹਿ ਗਿਆ ਆ ਤੈਨੂੰ ਮਿਲਣਾ ਸੀ ਤੈਨੂੰ ਮਿਲ ਗਿਆ ਸਰਪੰਚ ਸਾਹਿਬ ਮੈਨੂੰ ਕਿੱਥੇ ਇਨਸਾਫ ਮਿਲਿਆ ਇਨਸਾਫ ਤਾਂ ਮੈਨੂੰ ਉਸ ਦਿਨ ਮਿਲੂਗਾ ਜਿਦਨ ਚੰਨੀ ਤੇ ਵਿਕਰ ਦੀ ਨਾ ਆਪਦੇ ਹੱਥੀ ਜਾਨ ਲੈ ਲੂੰਗੀ ਉਹਨਾਂ ਟਾਈਮ ਮੈਨੂੰ ਇਨਸਾਫ ਨਹੀਂ ਮਿਲਦਾ ਮੇਰਾ ਕੰਮ ਤਾਂ ਉੱਡੇ ਦਾ ਉੱਡੇ ਵਿੱਚ ਤੁਰਿਆ ਫਿਰਦਾ ਹਜੇ ਹਜੇ ਤੱਕ ਸਰਪੰਚ ਹੋਣ ਦਾ ਕੀ ਫਾਇਦਾ ਹੈ ਸਰਪੰਚੀ ਨੂੰ ਕੀ ਕਰਾਉਣਾਗਾ ਸਰਪੰਚ ਤਾਂ ਉਹ ਹੁੰਦਾ ਜ਼ੋਰ ਤਾਂ ਉਹ ਹੁੰਦਾ ਅੱਜ ਨੂੰ ਜਿਹੜੇ ਬੰਦੇ ਨੇ ਕਤਲ ਕੀਤਾ ਸੀਗਾ ਕੱਢਿਆ ਹੁੰਦਾ ਫਿਰ ਹੁੰਦਾ ਗਾ ਵੀ ਹਾਂ ਬਾਕੀ ਭਾਈ ਜ਼ੋਰ ਸੀਗਾ ਐਂ ਕਰ ਲਿਆ ਕਾਹਦੇ ਜ਼ੋਰ ਆ ਉਹੀ ਬਸ ਸਹੀ ਗੱਲ ਆ ਥਾਣੇ 'ਚ ਕਿਸੇ ਨੇ ਨਹੀਂ ਸੁਣੀ ਤੁਹਾਡੀ ਗੱਲ ਉਹ ਸੁਣਦੇ ਜਵਾਬ ਕਿਹੜਾ ਦਿੰਦਾ ਹੈ ਨਾ ਜੀ ਸਰਪੰਚ ਸਾਹਿਬ ਜੀ ਕੋਈ ਗੱਲ ਨਹੀਂ ਆਪਾਂ ਕਰੀ ਜਾਂਦੇ ਹਾਂ ਤੁਹਾਡੇ ਵਾਸਤੇ ਬੈਠਿਆ ਉਦੋਂ ਦਾ ਬਥੇਰਾ ਕਹਿੰਦੇ ਗੱਲ ਕਰ ਰੌਲਾ ਤਾਂ ਇਹ ਆ ਕਰਦਾ ਨਹੀਂ ਕੋਈ ਗਾਹਾਂ ਇਹੋ ਜਿਹੇ ਬੈਠਿਆ ਮੂਹਲੇ ਜਿਹੜੇ ਨਹੀਂ ਉਹ ਕਰਨ ਦਿੰਦੇ ਮੂਹਰੇ ਦਾਂ ਪਾ ਲੈਂਦੇ ਆ ਗੱਲ ਤਾਂ ਇਹ ਹੈ ਦੱਸੀ ਦਾ ਜਾਣਾ ਚਾਹੁੰਦੇ ਉਹ ਡੂਢ ਗੱਠਾ ਦਾ ਬੰਦਾ ਉਹ ਹੀ ਲੋਟ ਆਉਂਦਾ ਨਾਲੇ ਸਰਪੰਚ ਸਾਹਿਬ ਇੱਕ ਗੱਲ ਹੋਰ ਜਦੋਂ ਚੰਨੀ ਮੰਤਰੀ ਨਾਲ ਯਾਰੀ ਲਾ ਸਕਦਾ ਉਹ ਕਿੱਠ ਦਾ ਬੰਦਾ ਆਪਣੇ ਪਿੰਡ 'ਚ ਨਾ ਕੋਈ ਨਹੀਂ ਜਾਣਦਾ ਸੀ ਉਹਨੂੰ ਪਰ ਤੁਸੀਂ ਕਿਉਂ ਨਹੀਂ ਮੰਤਰੀ ਨਾਲ ਯਾਰੀ ਦੋਸਤੀ ਲਾ ਸਕਦੇ ਤੁਹਾਡੀ ਤਾਂ ਬਹੁਤ ਪਹੁੰਚ ਆ ਤੁਸੀਂ ਮਾੜਾ ਮੋਟਾ ਉੱਤਾ ਚੱਕੋ ਓਏ ਉਹ ਤਾਂ ਗੱਲ ਤੁਹਾਡੀ ਠੀਕ ਹੈ ਭਾਈ ਲਾ ਤਾਂ ਕਿਉਂ ਨਹੀਂ ਸਕਦੇ ਲਾ ਤਾਂ ਸਕਦੇ ਹਾਂ ਉਹ ਗੱਲ ਕਰ ਮੈਂ ਕਿਤੇ ਇਹ ਗੱਲਾਂ ਬਾਰੇ ਸੋਚਿਆ ਨਹੀਂ ਸੀਗਾ ਉਹ ਮੈਂ ਤਾਂ ਇਸ ਨਾਲ ਪਿੰਡ ਦੇ ਕੰਮ ਹੋ ਜਾਂਦੇ ਆ ਭਲੇ ਕਰਦੇ ਹਾਂ ਮੈਂ ਕਿਹੜਾ ਸਰਪੰਚ ਦੂਜੀ ਲੋਟ ਵਾਸਤੇ ਬਣਿਆ ਸੀਗਾ ਵੀ ਪਿੰਡ ਦਾ ਆਪਾਂ ਖਾਣਾ ਗਾ ਆਪਣਾ ਭਲਾ ਕਰਨਾ ਚੱਲ ਭਲਾ ਹੋ ਜਾਂਦਾ ਇੱਥੇ ਤੱਕ ਹੀ ਖੜੇ ਸੀਗੇ ਪਰ ਹੁਣ ਕੁਛ ਸੋਚਣਾ ਪਊਗਾ ਕਿਉਂ ਹੁਣ ਕਹਿ ਦਿੰਦੇ ਆ ਪੀਰ ਕਮਾਣ 'ਚੋਂ ਲੰਘ ਚੁੱਕਿਆ ਗਾ ਹੁਣ ਜੇ ਇੱਥੇ ਖੜੇ ਰਹਾਂਗੇ ਤਾਂ ਕੰਮ ਨਹੀਂ ਹੁੰਦਾ ਹੁਣ ਤਾਂ ਗੱਲ ਆ ਸੋਡੇ ਵਾਲੀ ਆ ਗਈ ਹੁਣ ਤਾਂ ਕੁਛ ਹੋਰ ਹੀ ਸੋਚਣਾ ਪਊਗਾ ਨਹੀਂ ਨਹੀਂ ਸਰਪੰਚ ਸਾਹਿਬ ਸੋਚਣਾ ਨਹੀਂ ਤੁਸੀਂ ਇਹ ਕੰਮ ਕਰਨਾ ਇਹ ਕੰਮ ਦੀ ਨਾ ਤੁਸੀਂ ਇੱਕ ਜਿੱਦ ਬਣਾ ਲਓ ਵੀ ਹਾਂ ਹਾਂ ਬਸ ਮੈਂ ਮੰਤਰੀਆਂ ਨਾਲ ਰਹਿ ਕੇ ਉਹਨਾਂ ਵਰਗਾ ਹੀ ਹੋਣਾ ਕੁਛ ਕੁ ਟਾਈਮ ਲਈ ਅਤੇ ਜਦੋਂ ਆਪਣਾ ਮਕਸਦ ਪੂਰਾ ਹੋ ਗਿਆ ਫਿਰ ਆਪਾਂ ਉਸੇ ਲਾਈਨ 'ਤੇ ਆ ਜਾਵਾਂਗੇ ਆਪਾਂ ਕਿਹੜਾ ਲੋਕਾਂ ਦਾ ਬੁਰਾ ਕਰਨਾ ਚਾਹੁੰਦੇ ਹਾਂ ਪਰ ਬੁਰੇ ਲੋਕਾਂ ਨਾਲ ਨਾ ਬੁਰਾ ਹੀ ਹੋਣਾ ਚਾਹੀਦਾ ਆਹ ਗੱਲ ਤਾਂ ਤੇਰੀ ਠੀਕ ਹੈ ਕਹਿੰਦੇ ਹੁਣ ਮੈਨੂੰ ਆਈ ਕਰਨਾ ਪਊਗਾ ਕਿਹੜਾ ਮੈਂ ਉਹਨਾਂ ਦੇ ਨਾ ਉਹਨਾਂ ਵਾਲੀ ਬੋਲੀ ਬੋਲੂੰਗਾ ਉਹਨਾਂ ਵਾਲੀ ਬੋਲੀ ਬੋਲ ਕੇ ਉਹਨਾਂ ਦੇ ਵਿੱਚ ਰਲਣਾ ਪਊਗਾ ਅਤੇ ਉਹਨਾਂ ਦੇ ਵਿੱਚ ਰਲ ਕੇ ਫਿਰ ਕੰਮ ਹੋਣਗੇ ਸਾਰੇ ਨਾਲੇ ਸਰਪੰਚ ਸਾਹਿਬ ਇੱਕ ਗੱਲ ਹੋਰ ਵੀ ਧਿਆਨ ਰੱਖਿਓ ਉਚਾਈਆਂ ਹਾਸਲ ਕਰਨ ਵਾਸਤੇ ਨਾ ਬਾਜ਼ ਬਣੋ ਧੋਖੇਬਾਜ਼ ਨਾ ਬਣਿਓ ਉਹ ਚਲੋ ਗੱਲ ਤੁਹਾਡੀ ਤਾਂ ਠੀਕ ਆ ਭਾਈ ਜੇ ਤੁਸੀਂ ਆਵਾਜ਼ ਕਹਿਣੇ ਨਾ ਬਣੂਗਾ ਤਾਂ ਆਵਾਜ਼ ਹੀ ਪਰ ਜਿਹੜੀ ਗੱਲ ਤੁਸੀਂ ਆ ਧੋਖੇ ਵਾਲੀ ਕਹੀ ਆ ਤਾਂ ਕਹਿੰਦੇ ਜੇ ਆਪਾਂ ਨੂੰ ਇਹਨਾਂ ਵਿੱਚ ਰਲਣਾ ਪਿਆ ਨਾ ਥੋੜ੍ਹਾ ਮੋਟਾ ਆਪਾਂ ਨੂੰ ਧੋਖਾ ਵੀ ਕਰਨਾ ਪੈਂਦਾ ਹੁੰਦਾ ਪਹਿਲਾਂ ਆਪਾਂ ਧੋਖਾ ਕਰ ਲਾਂਗੇ ਆਵਾਜ਼ ਤਾਂ ਆਪਾਂ ਹੈਗੀ ਅਤੇ ਆਵਾਜ਼ ਤਾਂ ਆਪਾਂ ਰਹਾਂਗੇ ਸਹੀ ਗੱਲ ਹੈ ਸਰਪੰਚ ਸਾਹਿਬ ਜਦੋਂ ਤੱਕ ਆਪਾਂ ਥੋੜ੍ਹਾ ਜਿਹਾ ਧੋਖੇਬਾਜ਼ ਬਣਦੇ ਨਹੀਂ ਨਾ ਮਕਸਦ ਆਪਣਾ ਪੂਰਾ ਨਹੀਂ ਹੋਣਾ ਆ ਚੰਨੀ ਅਤੇ ਵਿਕਰ ਤਾਂ ਹੱਥ ਹੀ ਨਹੀਂ ਲੱਗਣੇ ਹੈਗੇ ਜਿਹੜਾ ਭਲਾ ਮਾਨ ਸੰਬੰਧ ਆ ਨਾ ਉਹਨੂੰ ਤਾਂ ਇਹੋ ਕੰਮ 'ਚ ਉਹ ਵਾੜਦੇ ਨਹੀਂ ਇੰਨਾ ਤਾਂ ਮੈਨੂੰ ਪਤਾ ਗਾ ਬਸ ਠੀਕ ਆ ਤੁਹਾਡੇ ਨਾਲੋਂ ਵੱਧ ਸਮਝ ਕਿਸੇ ਨੂੰ ਨਹੀਂ ਹੈਗੀ ਬਸ ਕਰ ਦਿਓ ਆਪਣਾ ਕੰਮ ਸ਼ੁਰੂ ਸ਼ੁਰੂ ਕੀ ਕਰਨਾ ਜਿਹੜਾ ਸਮਝ ਲਓ ਤੁਸੀਂ ਹੋ ਗਿਆ ਕੋਈ ਗੱਲ ਨਹੀਂ ਫਿਰ ਅੱਜ ਹੀ ਲੈ ਅੱਜ ਹੀ ਮੈਂ ਕਰਦਾ ਗੱਲਬਾਤ ਆਪਾਂ ਨੂੰ ਤਾਂ ਭੱਜ ਕੇ ਲੈਣਗੇ ਉਹਨਾਂ ਨੂੰ ਪਤਾ ਗਾ ਵੀ ਸਾਰਾ ਪਿੰਡ ਤਾਂ ਸਰਪੰਚ ਮਗਰੋਂ ਹੀ ਆ ਕੋਈ ਗੱਲ ਹੀ ਕੋਈ ਨਹੀਂ ਤਾਂ
ਚੰਨੀ ਨੂੰ ਇੱਥੇ ਕਿਹੜਾ ਜਾਣਦਾ, ਜੋ ਚੰਨੀ ਵਰਗੇ ਕੰਮ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ। ਗੱਲ ਤਾਂ ਉਹੀ ਹੈ ਸਰਪੰਚ ਸਾਹਿਬ, ਤੁਹਾਡੀ ਤਾਂ ਪਹੁੰਚ ਹੀ ਬਹੁਤ ਦੂਰ ਤੱਕ ਆ, ਚੰਨੀ ਨੂੰ ਕੌਣ ਜਾਣਦਾ ਪਿੰਡ 'ਚ। ਚਲੋ ਗੱਲ ਨਹੀਂ, ਪਹਿਲਾਂ ਆਪਾਂ ਸੋਚਿਆ ਨਹੀਂ ਸੀ, ਹੁਣ ਇਹ ਕੰਮ ਮੈਂ ਸੋਚ ਲਿਆ ਅਤੇ ਹੁਣ ਸਮਝ ਲਿਆ ਆਪਣਾ ਕੰਮ ਹੋ ਵੀ ਗਿਆ। ਚੱਲ ਠੀਕ ਆ ਰੀਤ, ਫਿਰ ਮੈਂ ਹੁਣ ਚੱਲਦਾ ਪੁੱਤਾਂ। ਠੀਕ ਹੈ ਜੀ, ਚੱਲ ਹੁਣ ਤਾਂ ਨਹੀਂ ਕੰਮ ਹੁੰਦਾ ਸੀ, ਪਿਆਰ ਨਾਲ ਤਾਂ ਨਹੀਂ ਕੋਈ ਮੰਨਿਆ, ਠੇਢੀ ਉਂਗਲ ਨਾਲ ਹੀ ਸਹੀ, ਆਪਾਂ ਨੂੰ ਕੀ ਆ, ਆਪਣਾ ਤਾਂ ਕੰਮ ਬਣਨਾ ਚਾਹੀਦਾ। ਥਾਣੇ ਚੁੱਪ ਕਰਕੇ ਮੁੜਿਆ ਨਾ, ਥਾਣੇ ਚ ਕੋਈ ਗੱਲ ਹੀ ਨੀ ਸੁਣਦਾ ਜੀ, ਕੀ ਫਾਇਦਾ ਹੋਇਆ ਜੀ ਫਿਰ ਮੈਨੂੰ ਇੱਥੇ ਪਿੰਡ ਦੇ ਸਰਪੰਚ ਹੋਣ ਦਾ, ਉਹ ਤਾਂ ਉਹ ਗੱਲ ਹੋ ਗਈ, ਮੈਂ ਤਾਂ ਪਿੰਡ ਤੱਕ ਹੀ ਰਹਿ ਗਿਆ ਜੀ, ਕਿਤੇ ਉਧਰਲਾ ਕੋਲਾ ਢਾ ਕੇ ਉਹ ਬਣਾ ਲਓ, ਕਿਤੇ ਉਹ ਬਣਾ ਲਓ, ਫਲਾਣੀ ਨਾਲੀ ਬਣਾ ਲਓ, ਮੈਂ ਤਾਂ ਟੱਟੀਆਂ ਨਾਲੀਆਂ ਤੱਕ ਹੀ ਰਹਿ ਗਿਆ ਉੱਥੇ, ਕਾਹਦਾ ਸਰਪੰਚ ਆ ਪਿੰਡ 'ਚ ਮੈਂ। ਉਹ ਕੋਈ ਗੱਲ ਨਹੀਂ ਸਰਪੰਚ ਸਾਹਿਬ, ਮੈਂ ਕਰ ਲੈਂਦੀ ਹਾਂ ਚੰਨੀ ਨਾਲ ਗੱਲ, ਚੰਨੀ ਨੂੰ ਭੇਜਦੀ ਹਾਂ ਮੈਂ, ਉਹਨਾਂ ਕਰਦੀ ਹਾਂ ਗੱਲਬਾਤ, ਤੁਸੀਂ ਟੈਨਸ਼ਨ ਨਾ ਲਵੋ। ਚੰਨੀ ਛੋਟਾ ਬੰਦਾ ਜੀ ਕੋਈ ਕਿਵੇਂ? ਹਾਂਜੀ ਹਾਂਜੀ, ਆਪਣਾ ਖਾਸ ਬੰਦਾ ਜੀ ਚੰਨੀ। ਹਾਂਜੀ ਹਾਂ, ਚੰਡੀ ਮੇਰੇ ਪਿੰਡ ਵਾਲੀ ਦੀ ਗੱਲ ਤਾਂ ਨਹੀਂ ਕਰਦੇ ਜੀ ਕਿਤੇ? ਹਾਂਜੀ ਹਾਂਜੀ, ਆਪਣਾ ਖਾਸ ਬੰਦਾ ਹੀ ਹੈ, ਉਹ ਆਪਣੇ ਸਾਰੇ ਕੰਮ ਕਾਰ ਉਹੀ ਕਰਦਾ ਜੀ। ਕਿਹੜੇ ਕਰਦਾ ਜੀ ਉਹ? ਉਹ ਤੁਸੀਂ ਵੀ ਨਾ ਹੋਰ ਬੰਦਾ ਲਾ ਕੇ ਮੇਰਾ ਕੰਮ ਕਰਾ ਦਿਓ ਜੀ, ਸਾਰੇ ਕੰਡੇ ਤਾਂ ਉਸਦੇ ਬੀਜੇ ਵੇ ਜੀ, ਉਹ ਮੇਰਾ ਕਿਹੜਾ ਕੰਮ ਕਰ ਦੂਗਾ, ਉਹ ਸਾਰਾ ਫਰਨ ਤਾਂ ਮੇਰਾ ਉਹੀ ਲਾਈ ਬੈਠਾ ਹੈਗਾ, ਗੱਲ ਤਾਂ ਜਿੱਥੋਂ ਸਟਾਰਟ ਹੁੰਦੀ ਆ ਉਸ ਨੂੰ ਤੁਸੀਂ ਮੂਹਰੇ ਲਾਈ ਜਾਂਦੇ ਹੋ, ਸਾਰਾ ਮੇਰਾ ਕੰਮ ਹੀ ਉੱਥੋਂ ਵਿਗੜਿਆ ਵੇ ਜੀ, ਉਹ ਕਿਹੜਾ ਕਰੂਗਾ, ਮੈਨੂੰ ਤਾਂ ਇਹ ਨਹੀਂ ਪਤਾ, ਜਿਹੜਾ ਮੇਰਾ ਘਰ ਆ ਜਾ ਕਤਲ ਹੋਇਆ ਕਰਾਈ ਉਸ ਨੇ ਹੋਵੇ, ਉਹ ਬੰਦੇ ਦੀ ਮੈਨੂੰ ਕੋਈ ਤਸੱਲੀ ਨਹੀਂ ਜੀ, ਜੋ ਕੋਈ ਕੰਮ ਕਰਾਉਣਾ ਤਾਂ ਮੇਰਾ ਹੋਰ ਬੰਦੇ ਤੋਂ ਕਰਾ ਕੇ ਦਿਓ। ਉਹ ਕੋਈ ਗੱਲ ਨਹੀਂ ਸਰਪੰਚ ਸਾਹਿਬ, ਮੇਰਾ ਵੀ ਉਹਦੇ ਨਾਲ ਥੋੜ੍ਹਾ ਜਿਹਾ ਹੈਗਾ, ਕੋਈ ਉਹਦੇ ਤੱਕ ਮੇਰਾ ਹੈਗਾ ਸੀ ਮਤਲਬ, ਕੋਈ ਜ਼ਮੀਨ ਜਮੂਨ ਜੀ ਦਾ ਸਾਡਾ ਚੱਲ ਰਿਹਾ ਕੋਈ ਸਿਸਟਮ, ਪਰ ਹਾਲੇ ਤੱਕ ਉਹਨੇ ਕਰਿਆ ਹੀ ਨਹੀਂ ਹੈਗਾ, ਕਰਦੀ ਹਾਂ ਮੈਂ ਉਹਦੇ ਨਾਲ ਅੱਜ ਗੱਲ। ਜ਼ਮੀਨ ਦਾ ਕਿਵੇਂ ਜੀ? ਉਹ ਹੈਗੀ ਹੈ ਜੀ ਜ਼ਮੀਨ, ਅਸੀਂ ਕੋਈ ਪ੍ਰੋਜੈਕਟ ਲਾਉਣਾ, ਉਹਨੂੰ ਕਿਹਾ ਸੀ ਵੀ ਤੂੰ ਸੌਦਾ ਕਰ ਕਰਾ। ਉੱਥੇ ਪਿੰਡ 'ਚ ਹੀ ਹੈ ਜੀ? ਹਾਂਜੀ ਹਾਂਜੀ। ਅੱਛਾ, ਕਿਹਦੀ ਜ਼ਮੀਨ ਆ ਜੀ, ਮਾੜਾ ਜਿਹਾ ਵੇਰਵਾ ਪਾਓਗੇ? ਉਹ ਸਾਰਾ ਕੁਛ ਚੰਨੀ ਨੂੰ ਹੀ ਪਤਾ ਜੀ, ਇੰਨਾ ਮੈਂ ਨਹੀਂ ਪੁੱਛਿਆ, ਉਹ ਵਿੱਚ ਵਿਚਾਲੇ ਜੇ ਲਮਕਾਈ ਜਾਂਦਾ ਗੱਲ ਨੂੰ, ਨਾ ਤਾਂ ਉਹਨੇ ਕੋਈ ਕਲੀਅਰ ਕੀਤੀ ਹੈ ਹਲੇ। ਤੇ ਉਹ ਕੁੜੀ ਰੀਤ ਦੀ ਜ਼ਮੀਨ ਆ ਤਾਂ ਪਤਾ ਤੁਹਾਨੂੰ? ਹਾਂਜੀ ਹਾਂਜੀ, ਉਹ ਤਾਂ ਮੈਨੂੰ ਪਤਾ ਵੀ ਰੀਤ ਦੀ ਉਹ ਜ਼ਮੀਨ ਹੈ ਜੀ। ਬਸ ਠੀਕ ਹੈ ਜੀ, ਚਲੋ ਉਹ ਤਾਂ ਮੈਂ ਸਮਝ ਗਿਆ ਤੁਹਾਡੀ ਗੱਲ, ਅੱਛਾ ਗੱਲ, ਤੇ ਤੁਹਾਨੂੰ ਐਂ ਦਾ ਪਤਾ ਹੋਊਗਾ ਜੀ ਮਾੜਾ ਮੋਟਾ ਵੀ ਤੁਸੀਂ ਇਹ ਕੀ ਹਿਸਾਬ ਨੂੰ ਸੌਦਾ ਕਰਦੇ ਜੀ ਬਣ ਦਾ? ਇਹ ਦੇਖੋ ਜੀ, ਸਾਡਾ 60 ਲੱਖ ਦਾ ਹਿਸਾਬ ਸੀਗਾ। ਅੱਛਾ, 60 ਦਾ? ਹਾਂਜੀ ਹਾਂ। ਤੇ ਇੱਕ ਹੋਰ ਜੀ, ਜੇ ਤੁਹਾਡੇ ਇਹ ਕੰਮ ਹੋ ਜੇ ਤਾਂ ਤੁਸੀਂ ਆਪਾਂ MLA ਸੀਟ ਮੈਨੂੰ ਦੇ ਦਿਓਗੇ? ਨਾ ਪੱਕੀ ਸਰਪੰਚ ਸਾਹਿਬ, ਗੱਲ ਕੀ ਕਰਦੇ ਹੋ ਤੁਸੀਂ? ਗੱਲ ਨੂੰ ਨਹੀਂ ਭੱਜੋ ਜੀ, ਕੰਮ ਥੋੜਾ 5 ਮਿੰਟਾਂ ਹੀ ਕਰਾ ਦੂੰਗਾ। ਲੈ ਤੁਸੀਂ ਸੌਦਾ ਕਰਾਉਣ ਵਾਲੇ ਬਣੋ ਜੀ, ਅਸੀਂ ਤਾਂ ਪ੍ਰੋਜੈਕਟ ਦੀ ਤਿਆਰੀ ਕਰੀ ਬੈਠੇ ਹੈਗੇ ਵੀ ਕਦੋਂ ਸਾਡੀ ਡੀਨ ਡਾਲ ਹੋਵੇ ਤੇ ਅਸੀਂ ਕਦੋਂ ਲਾਈਏ ਪ੍ਰੋਜੈਕਟ। ਅੱਛਾ, ਵੀ ਕੰਮ ਥੋੜਾ ਲੇਟ ਕਰਾਤਾ ਜਾਨੀ ਹੈ ਸਾਹਿਬ? ਹਾਂ ਜੀ। ਠੀਕ ਹੈ, ਚਲੋ ਜੀ, ਛੋਟੇ ਕੰਮ ਮੈਂ ਕਰ ਦਿੰਦਾ, ਪਰ ਆਹ ਗੱਲ ਦੇ ਤੁਸੀਂ ਨਾ ਭੱਜਿਓ ਵੀ ਬਾਅਦ 'ਚ ਇਹ ਨਾ ਹੋਵੇ ਮੁੜ ਕੇ ਮੈਂ ਤੁਹਾਨੂੰ ਜ਼ਮੀਨ ਵੀ ਦਵਾ ਦਿਆਂ ਤੇ ਮੁੜ ਕੇ ਫਿਰ ਤੁਸੀਂ ਚੰਨੀ ਨੂੰ ਮੂਹਰੇ ਲਈ ਫਿਰੋ ਤੇ ਮੈਂ ਉੱਥੋਂ ਪਿੰਡ ਤੱਕ ਫੇਰ ਰਹਿ ਜਾ ਉਹੀ ਸਰਪੰਚ ਦੇ ਨਾਲ ਤੱਕ ਹੀ ਰਹਿ ਜਾ ਵੀ ਮਲਾਈ ਚੱਲ ਪਿੰਡਾਂ ਸਰਪੰਚ, ਤੈਨੂੰ ਤਾਂ ਆਹੀ ਕੰਮ ਦਿੱਤਾ ਪਿੰਡ ਦੀ ਉੱਧਰਲੀ ਨਾਲੀ ਮਨਾਲੀ, ਪਿੰਡ ਦੀ ਉੱਧਰਲੀ ਨਾਲੀ ਮਨਾਲੀ, ਆਹ ਚੰਨੀ ਵਾਲੇ ਮੁੜ ਕੇ ਪ੍ਰਧਾਨ ਬਣ ਜਾਂਦੇ ਆ ਤੇ ਮੇਰੇ ਤਾਂ ਉੱਥੇ ਕੋਈ ਸੁਣਦਾ ਨਹੀਂ, ਫਿਰ ਕੀ ਫਾਇਦਾ ਹੋਇਆ ਜੀ ਇਹੀ ਸਰਪੰਚੀ ਤੋਂ? ਸਰਪੰਚ ਦੀ ਜੇ ਸਮਝੀ ਜਾਵੇ ਨਾ ਬਹੁਤ ਪਾਵਰ ਹੁੰਦੀ ਆ ਜੀ, ਸਰਪੰਚ ਕੁਛ ਵੀ ਕਰ ਸਕਦਾ ਗਾ। ਠੀਕ ਹੈ ਜੀ, ਠੀਕ ਹੈ ਸਰਪੰਚ ਸਾਹਿਬ, ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਹੁਣ ਮੈਂ ਤੁਹਾਡੇ ਸਾਰੇ ਮੁੱਦਿਆਂ ਤੇ ਗੌਰ ਕਰੂੰਗੀ ਚੰਗੀ ਤਰ੍ਹਾਂ। ਮੇਰਾ ਮੁੱਦਾ ਤਾਂ ਇਹੀ, ਸਾਡਾ ਮਸਲਾ ਹੱਲ ਕਰੋ ਜੀ, ਅਸੀਂ ਤੁਹਾਡਾ ਕਰਦੇ। ਆ ਲਓ ਜੀ,
ਛੋਟਾ ਕੰਮ ਹੋ ਗਿਆ। ਠੀਕ ਹੈ, ਤੁਸੀਂ ਗੱਲ ਕਹੀ ਆ ਜ਼ਮੀਨ ਦੀ, ਜ਼ਮੀਨ ਤੁਹਾਨੂੰ ਮੇਰੇ ਬੰਨੇ ਕੱਲ ਨੂੰ ਆ ਕੇ ਭਾਵੇਂ ਉੱਥੇ ਜਿਹੜਾ ਕੰਮ ਕਰਨਾ ਕਰ ਲਓ, ਤੁਹਾਡੀ ਜ਼ਮੀਨ ਛੋਟਾ ਕੰਮ ਹੋ ਗਿਆ। ਠੀਕ ਹੈ ਸਰਪੰਚ, ਹਾਂ ਇਹ ਛੋਟਾ ਪੱਕਾ ਹੋ ਗਿਆ ਕੰਮ, ਬਸ ਹੋਰ ਕੰਮ ਮੇਰੇ ਖਾਤਰ ਹੋਇਆ ਤਾਂ ਦੱਸੋ, ਕਿਉਂਕਿ ਪਿੰਡ 'ਚ ਵੀ ਜਿਹੜੇ ਬੰਦੇ ਦੀ ਇੱਜ਼ਤ ਹੁੰਦੀ ਹੈ ਜੀ, ਉਹੀ ਬੰਦਾ ਕੰਮ ਕਰਦਾ ਹੁੰਦਾ, ਉਹ ਚੰਨੀ ਨੂੰ ਕਿਹੜਾ ਪੁੱਛਦਾ, ਚੰਨੀ ਦੀ ਕਿਸੇ ਨਾਲ ਪਿੰਡ 'ਚ ਬਣਦੀ ਨਹੀਂ ਕਰਦੀ, ਜਾਂ ਜ਼ੋਰ ਆ ਲੋਕ ਊਂ ਡਰਦੇ ਆ ਜੀ। ਮੈਂ ਹੁਣ ਸਾਰੇ ਭਰਾਪੇ ਦਾ ਉਲਟ, ਨਾਲੇ ਆਪਾਂ ਕਿਸੇ ਦਾ ਗਲਤ ਨਹੀਂ ਕਰਾਉਣ ਦਿੰਦੇ ਕੰਮ, ਹੁਣ ਸੋ ਤੋਂ ਦੋ ਪੈਸੇ ਲੈਣੇ ਆ, ਜਿੰਨੇ ਸੋ ਤੋਂ ਦੋ ਲਵਾਂਗੇ ਉਨੇ ਆਪਾਂ ਅਗਲੇ ਨੂੰ ਗਾਹਾਂ ਦੇਵਾਂਗੇ, ਇਹਦੇ 'ਚ ਕੋਈ ਖਾਣੇ ਖਾਣੀ ਨਹੀਂ ਹੁੰਦੀ ਜੀ। ਠੀਕ ਹੈ ਜੀ, ਠੀਕ, ਹੁਣ ਤੁਸੀਂ 60 ਨੂੰ ਕਰਿਆ ਸੀ ਨਾ, ਤੁਹਾਡਾ ਲੈ ਮੈਂ 50 ਨੂੰ ਕੰਮ ਕਰਕੇ ਦੇਊਂ। ਮੈਂ ਫਿਰ ਤਾਂ ਵਧੀਆ ਗੱਲ ਹੈ ਸਰਪੰਚ ਸਾਹਿਬ, ਚਲ ਪਰ ਆ ਗੱਲ ਤੋਂ ਨਹੀਂ ਤੁਸੀਂ ਮੁੱਕਰਨੇ ਚਾਹੀਦੇ। ਨਹੀਂ ਨਹੀਂ ਮੁੱਕਰਦੇ ਜੀ, ਨਹੀਂ ਮੁੱਕਰਦੇ ਕਹਿਤਾ, ਬਸ ਇਹ ਗੱਲ ਚੰਨੀ ਕੋਲ ਵੀ ਨਹੀਂ ਜਾਣੀ ਚਾਹੀਦੀ ਜਿੰਨਾ ਤੁਹਾਨੂੰ ਮੈਂ ਕਹਿੰਦਾ ਨੀ। ਠੀਕ ਹੈ ਜੀ, ਠੀਕ ਹੈ, ਠੀਕ, ਉਹ ਤੋਂ ਬਾਅਦ ਤੁਸੀਂ ਮਰਜ਼ੀ ਕਰੀ ਚੱਲਿਓ, ਅਤੇ ਇਹ ਕੰਮ ਹੋ ਗਿਆ, ਹੁਣ ਤੁਹਾਡੇ ਕੋਲ ਮੈਂ ਕਾਗਜ਼ ਪੱਤਰ ਸਾਰਾ ਲੈ ਕੇ ਤਿਆਰ ਕਰਕੇ ਆਊਂਗਾ। ਓਕੇ ਜੀ, ਓਕੇ, ਠੀਕ ਹੈ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਦੂਜੀ ਗੱਲ ਆਪਾਂ ਬਾਅਦ 'ਚ ਹੀ ਕਰਾਂਗੇ ਫਿਰ। ਠੀਕ ਹੈ, ਲੈ ਵੀ ਜੇ ਸਰਪੰਚ ਸੌਦਾ ਕਰਵਾ ਦੇਵੇ ਨਾ, ਗੱਲ ਹੀ ਬਣ ਜਾਵੇ, ਸਾਨੂੰ ਹੋਰ ਕੀ ਚਾਹੀਦਾ। ਸ਼ੁਕਰ ਕੀ ਆ, ਤੇ ਮੈਂ ਤੈਨੂੰ ਕਹਿੰਦਾ ਸੀਗਾ ਹੁਣ ਆਪਾਂ ਨੂੰ ਜ਼ਮੀਨ ਵੇਚਣੀ ਪਊਗੀ। ਲੈ ਇਹ ਕੀ ਗੱਲਾਂ ਕਰੀ ਜਾਂਦੇ ਸਰਪੰਚ ਸਾਹਿਬ ਤੁਸੀਂ, ਤੁਹਾਨੂੰ ਪਤਾ ਨਾ ਜ਼ਮੀਨ ਪਿੱਛੇ ਇੱਥੇ ਕੀ ਕੁਛ ਹੋ ਕੇ ਹਟਿਆ, ਨਾਲੇ ਜੇ ਜ਼ਮੀਨ ਵੇਚਣੀ ਹੁੰਦੀ ਮੈਂ ਚੰਨੀ ਨਹੀਂ ਵੇਚ ਦਿੰਦੀ ਜ਼ਮੀਨ। ਉਹ ਤੇ ਜੋ ਗੱਲ ਦਾ ਠੀਕ ਹੈ ਪੁੱਤ, ਤੂੰ ਆਪ ਹੀ ਤਾਂ ਕਿਹਾ ਹੈਗਾ, ਕਹਿੰਦੇ ਜੇ ਘਿਓ ਸਿੱਧੀ ਉਂਗਲੀ ਨਾ ਕੱਢੇ ਨਾ ਟੇਢੀ ਕਰਨੀ ਪੈਂਦੀ ਆ, ਇੰਨਾ ਕੁ ਤਾਂ ਆਪਣਾ ਹੁਣ ਕਰਨਾ ਪਊਗਾ। ਤੇ ਫਿਰ ਟੇਢੀ ਉਂਗਲ ਤੁਸੀਂ ਸਾਡੇ ਘਰੇ ਕਰਨੀ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਅੱਜ ਹੀ ਉਹਨਾਂ ਨਾਲ ਗਏ ਤੇ ਅੱਜ ਹੀ ਤੁਸੀਂ ਮੇਰੇ ਤੇ ਖਾਰ ਵੀ ਖਾਣ ਲੱਗ ਗਏ, ਇਹੋ ਜਿਹੇ ਕਿਹੋ ਜਿਹੇ ਮੰਤਰੀ ਹੁੰਦੇ ਆ। ਉਹ ਖਾਰ ਖਾਣਾ ਦੀ ਕਿਹੜੀ ਗੱਲ ਆ, ਮੈਂ ਕਿਹੜਾ ਤੈਨੂੰ ਖਾਰ ਖਾਣ ਨੂੰ ਕਹਿਣਾ ਗਾ, ਉਹ ਰੌਲਾ ਤਾਂ ਸਾਰਾ ਜ਼ਮੀਨ ਦੇ ਪੈਂਦਾ, ਸਾਰੇ ਪਿੱਟਣੇ ਜ਼ਮੀਨ ਦੇ ਪਾਏ ਹੋਏ ਆ, ਤੇ ਗੱਲ ਆ ਕੇ ਫਿਰ ਉੱਥੇ ਮੁੜ ਕੁੜ ਕੇ ਜ਼ਮੀਨ 'ਤੇ ਖੜ ਗਈ। ਮੈਂ ਉਹਨਾਂ ਕੋਲ ਗਿਆ ਸੀ, ਉਹ ਕਹਿੰਦੇ ਗਾਹਾਂ ਤੈਨੂੰ ਅਸੀਂ ਮੂਹਰੇ ਸੀਟ ਦੇ ਦਿਆਂਗੇ, ਠੀਕ ਹੈ, ਅਤੇ ਰੌਲਾ ਕਿੱਥੇ ਆ ਕੇ ਖੜ ਗਿਆ, ਰੌਲਾ ਉੱਥੇ ਜ਼ਮੀਨ 'ਤੇ ਆ ਕੇ ਖੜ ਗਿਆ। ਪਹਿਲੀ ਸ਼ਰਤ ਉਹਨਾਂ ਦੀ ਇਹ ਆ, ਕਹਿੰਦੇ ਸਾਨੂੰ ਜ਼ਮੀਨ ਦਵਾ, ਮੈਂ ਆਪਾਂ ਜ਼ਮੀਨ ਮੈਂ ਤੁਹਾਨੂੰ ਦਵਾ ਦੂੰਗਾ। ਅੱਛਾ, ਇਹ ਗੱਲ ਆ, ਹਾਂ ਫਿਰ ਆਪਾਂ ਨੂੰ ਜ਼ਮੀਨ ਤਾਂ ਦੇਣੀ ਪਊਗੀ, ਜੇ ਉਹਨਾਂ ਨੂੰ ਮੈਂ ਜ਼ਮੀਨ ਦਵਾਊਂਗਾ ਤੇ ਫੇਰ ਮੁੜ ਕੇ ਆਪਾਂ ਨੂੰ ਮੂਹਰੇ MLA ਦੀ ਸੀਟ ਦੇਣਗੇ। ਉਹ ਹੁਣ ਤੂੰ ਦੇਖ ਲਾ, ਜਿਹੜੀ ਗੱਲ ਸੀ ਆਪਾਂ ਤੈਨੂੰ ਸਹੀ ਹੀ ਦੱਸਦੀ, ਹੁਣ ਦੇਣੀ ਨਾ ਦੇਣੀ ਉਹ ਤੂੰ ਦੇਖ ਲਾ। ਚੱਲ ਕੋਈ ਗੱਲ ਨਹੀਂ ਅੰਕਲ ਜੀ, ਜੇ ਆਪਣੀ ਜ਼ਮੀਨ ਨਾਲ ਕੰਮ ਬਣਦਾ ਤਾਂ ਕੋਈ ਚੱਕਰ ਨਹੀਂ, ਆਪਾਂ ਜ਼ਮੀਨ ਦੇ ਦਿੰਦੇ ਹਾਂ ਮੰਤਰੀਆਂ ਨੂੰ। ਆਪਾਂ ਨੂੰ 30 ਲੱਖ ਕਹਿੰਦਾ ਸੀ ਜੰਨੀ, 30 ਕਹਿੰਦਾ ਸੀ, ਆਪਾਂ 50 ਨਾ ਕਰ ਲਈ ਉਹਨਾਂ ਨਾਲ, ਅਤੇ ਬਾਕੀ ਸਿਰੇ ਉਹ ਤਾਂ 60 ਨੂੰ ਕਹਿੰਦੀ ਸੀਗੀ, ਮੰਨ ਲਿਆ ਤੁਸੀਂ 60 ਨੂੰ ਕਹਿਣਾ, ਅਤੇ ਮੈਂ ਕਹਿੰਦਾ 70 ਵੀ ਛੱਡਦਾ ਸੀ, ਮੈਂ ਤੁਹਾਨੂੰ ਮੈਂ 50 ਨਾ ਦਵਾਊਂਗਾ, ਪਰ ਸਾਨੂੰ ਸੀਟ ਮਿਲਣੀ ਚਾਹੀਦੀ ਹੈ MLA ਦੀ, ਉਹ ਕਹਿੰਦੀ ਉਹ ਮਿਲ ਜੂਗੀ, ਪਰ ਜ਼ਮੀਨ ਮੈਂ ਤੁਹਾਨੂੰ 50 ਨਾ ਦਵਾਊਂਗਾ। ਕੋਈ ਗੱਲ ਨਹੀਂ, ਜ਼ਮੀਨ ਜਾਂਦੇ ਜਾਣਦੇ ਆਪਣੇ ਕੋਲ ਪਹੁੰਚ ਬਹੁਤ ਵੱਡੀ ਆ ਜੂਗੀ, ਆਪਾਂ ਜ਼ਮੀਨਾਂ ਤੋਂ ਕੀ ਕਰਾਉਣਾ ਹੁਣ, ਆਪਾਂ ਤਾਂ ਇੱਕ ਤਰ੍ਹਾਂ ਦਾ ਬਦਲਾ ਹੀ ਲੈਣਾ ਗਾ, ਅਤੇ ਬਦਲਾ ਆਪਣਾ ਫੇਰ ਹੀ ਲਿੱਤਾ ਜਾਊਗਾ ਜੇ ਆਪਾਂ ਇਹ ਕੰਮ ਕਰਾਂਗੇ। ਹੁਣ ਪਹੁੰਚ ਤਾਂ ਬਣਾਉਣੀ ਪਊਗੀ, ਜੇ ਆਪਾਂ ਪਹੁੰਚ ਨਾ ਬਣਾਈ ਇੱਥੇ ਆਪਾਂ ਤਾਂ ਕਹਿੰਦੇ ਕੁੱਤੇ ਡੰਡਾ ਮਾਰਨਾ, ਹੜਕ ਤਾਂ ਵੀ ਅੰਦਰ ਦੇ ਦੇਣਗੇ। ਜੇ ਬੰਦੇ ਮਾਰਨੇ ਆ ਆਪਾਂ ਕੋਈ ਚੰਨੀ ਅਰਗੇ ਮਾਰਨੇ ਆ, ਕੋਈ ਉਹ ਤਾਂ ਹੈ ਨਹੀਂ ਗੇ ਵੀ ਕੁੱਤੇ ਡੰਡਾ ਮਾਰਨਾ, ਆਪਾਂ ਨਹੀਂ ਫੜ ਕੇ ਅੰਦਰ ਦੇ ਦੇਣਗੇ, ਸਾਰੀ ਉਮਰ ਨਾਲ ਤੂੰ ਅਤੇ ਨਾਲੇ ਮੈਂ ਦੋਨੇ ਅੰਦਰ ਬੈਠੇ ਰਹੇ, ਸਕੀਮਾਂ ਬਣਾਉਂਦੀ ਰਹਿ ਜਾਂਗੇ। ਚਲੋ ਕੋਈ ਗੱਲ ਨਹੀਂ ਅੰਕਲ ਜੀ, ਤੁਸੀਂ ਕਰਾ ਲਓ ਕਾਗਜ਼ ਤਿਆਰ, ਆਪਾਂ ਜ਼ਮੀਨ ਦੇ ਦਿੰਦੇ ਹਾਂ ਜਿਹਨੂੰ ਵੀ ਲੋੜ ਆ, ਜਿਹੜੇ ਮੰਤਰੀ ਨੂੰ ਲੋੜ ਆ ਨਾ, ਮੈਂ ਸਾਈਨ ਕਰ ਦੂੰਗੀ।
ਪਰ ਤੁਹਾਡੀ ਸੀਟ ਪੱਕੀ ਹੋਣੀ ਚਾਹੀਦੀ ਆ। ਉਹ ਤਾਂ ਉਹਨਾਂ ਨਾਲ ਮੈਂ ਪਹਿਲਾਂ ਗੱਲ ਕਰੀ ਆ, ਮੈਂ ਕੱਲ ਨੂੰ ਕਿਤੇ ਉਹ ਗੱਲ ਨਾ ਹੋ ਜੇ। ਉਹ ਕਹਿੰਦੇ ਨਹੀਂ, ਮੈਂ ਤਾਂ ਉਹਨਾਂ ਐਂ ਹੱਥ ਕਰਤਾ ਸੀ, ਮੰਤਰੀ ਨੇ ਐਂ ਧਰਤਾ, ਅੱਗੇ ਦੇ ਮਨ 'ਚ ਹੁਣ ਪਤਾ ਕੀ ਹੈ। ਉਹ ਕਹਿੰਦੇ ਸਾਡਾ ਆਹ ਕੰਮ ਕਰਦੇ ਅਤੇ ਇੱਧਰ ਅਸੀਂ ਕਰਦੇ ਹਾਂ। ਮਾਂ ਭਾਈ ਠੀਕ ਹੈ, ਬਸ ਠੀਕ ਆ। ਤੁਸੀਂ ਬੇਸੋਚ ਹੋ ਕੇ ਹੁਣ ਘਰ ਜਾਓ ਅਤੇ ਕਾਗਜ਼ ਤਿਆਰ ਕਰਵਾ ਲਓ, ਮੈਂ ਸੈਨ ਕਰਨ ਨੂੰ ਤਿਆਰ ਹਾਂ। ਜੇ ਤੁਸੀਂ ਬਾਹਰਾ ਕਹੋਗੇ ਮੈਂ ਤੇਰੀ ਗੱਲ ਵੀ ਕਰਾ ਦਊ, ਉਹਦੇ ਨਾਲ ਐਡੀ ਕਿੱਡੀ ਗੱਲ ਜੇ ਗੱਲ ਕਰਨੀ ਚਾਹੋਗੇ। ਗੱਲ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਮੈਨੂੰ ਤੁਹਾਡੇ 'ਤੇ ਪੂਰਾ ਯਕੀਨ ਆ, ਪਰ ਤੁਸੀਂ ਆਪ ਇੱਕ ਵਾਰੀ ਚੰਗੀ ਤਰ੍ਹਾਂ ਗੱਲ ਕਰ ਲਿਓ। ਤੁਹਾਡੀ ਗੱਲ 'ਚ ਕੋਈ ਵੀ ਫਰਕ ਨਹੀਂ ਆਉਣਾ ਚਾਹੀਦਾ, ਕਿਤੇ ਕੱਲ੍ਹ ਨੂੰ ਅਗਲੇ ਮੁੱਕਰ ਜਾਣ, ਨਾਲੇ ਜ਼ਮੀਨ ਜਾਵੇ, ਨਾਲੇ ਤੁਹਾਨੂੰ ਸੀਟ ਨਾ ਮਿਲੇ। ਆਹ ਗੱਲ ਤੇਰੀ ਠੀਕ ਆ, ਗੱਲ ਉਹਨਾਂ ਨਾਲ ਮੈਂ ਕਿਹੜਾ ਹੋਰ ਠੋਕਰ ਨੂੰ, ਕਿਤੇ ਉਹ ਗੱਲ ਨਾ ਹੋਵੇ, ਕਰਾ ਕੇ ਜ਼ਮੀਨ ਸਾਰਾ ਪਾਸਾ ਮੁੜ ਕੇ ਕਹਿ ਦੇਣਾ ਸਾਡੇ ਵੀ ਹੱਥ 'ਚ ਨਹੀਂ ਰਹੀ। ਤਾਂ ਤੋਂ ਸਾਨੂੰ ਤਾਂ ਐਂ ਕਹਿੰਦੇ ਹੁੰਦੇ ਆ, ਤਾਂ ਤਾਂ ਆਰਡਰ 'ਚ ਆ ਗਿਆ ਜੀ, ਸਾਨੂੰ ਫਿਰ ਉਹ ਬੰਦੇ ਨੂੰ ਸੀਟ ਦੇਣੀ ਪਈ, ਗਾਹ ਨੂੰ ਤੈਨੂੰ ਦੇ ਦੇਣਗੇ, ਕਰਦੇ ਤਾਂ ਐਂ ਹੁੰਦੇ। ਨਾਲੇ ਗੱਲ ਇਹ ਵੀ ਆ ਨਾ ਵੀ ਆਪਣੇ ਤੋਂ ਪਹਿਲਾਂ ਉਹ ਚੰਨੀ ਨੂੰ ਹੀ ਜਾਣਦੇ ਨੇ, ਪਹੁੰਚ ਤਾਂ ਚੰਨੀ ਵੀ ਬਹੁਤ ਚੱਕੀ ਫਿਰਦਾ। ਉਹ ਪਹੁੰਚ ਤਾਂ ਚੱਕੀ ਫਿਰਦਾ ਸੀ, ਬਾਕੀ ਜਿਹੜੇ ਐਮ ਐਲ ਏ ਕੰਮ ਨੂੰ ਵੀ ਦੇਖਦੇ ਹੁੰਦੇ, ਪਰ ਇੰਨਾ ਹੈ ਮੰਤਰੀ ਕੋਲ ਕਮਲਾ ਤਾਂ ਹੁੰਦਾ ਨੀਗਾ, ਜਿਹੜਾ ਕੰਮ ਮੈਂ ਕਰ ਦੂੰਗਾ ਨਾ ਉਹ ਚੰਨੀ ਤੋਂ ਨਹੀਂ ਹੁੰਦਾ। ਇੰਨੀ ਗੱਲ ਤੈਨੂੰ ਮੈਂ ਦੱਸਦਾ ਨਾ ਗੱਲ। ਬਸ ਠੀਕ ਆ, ਮੈਂ ਤੁਹਾਡੇ ਨਾਲ ਹਾਂ, ਤੁਸੀਂ ਬੇਸੋਚੋ ਕਿ ਹੁਣ ਘਰੇ ਜਾ ਸਕਦੇ ਹੋ। ਚਲ ਬਸ ਠੀਕ ਹੈ, ਹੁਣ ਕਰਕੇ ਉਹਨਾਂ ਨਾਲ ਗੱਲ ਮੈਂ ਤੇ ਆਪਾਂ ਮੁਕਾਈ ਦਿੰਦੇ ਕੰਮ ਇਹ। ਬਸ ਠੀਕ ਹੈ, ਠੀਕ ਹੈ, ਚਲ। ਆ ਜਾਓ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ, ਆ ਬੈਠੋ ਜੀ, ਬੈਠੋ ਬੈਠੋ ਬੈਠੋ। ਰੀਤੋ। ਹਾਂਜੀ ਅੰਕਲ ਜੀ। ਆ ਦੇਖੋ ਇੱਧਰ ਬਾਹਰ ਕੌਣ ਆਇਆ, ਮੈਂ ਲਿਆ ਯਾਰ। ਅੱਛਾ ਅੱਛਾ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹਿ ਜਾ ਕੋਈ ਨਹੀਂ, ਆ ਲਿਆਓ ਭਾਈ, ਇਹ ਆ ਸੇ ਆ ਲਿਆਓ ਭਾਈ, ਆਹੀ ਕੰਮ ਸੀ ਗੱਦੇ ਦਾ, ਆ ਲਓ ਜੀ। ਇੱਕ ਗੱਲ ਦੇਖ ਲਓ ਜੀ, ਮੈਂ ਹੈਗਾ ਸਿੱਧਾ ਸਾਧਾ ਹੁੰਦਾ, ਨਾ ਹੀ ਤਾਂ ਅੱਜ ਤੱਕ ਕਿਸੇ ਨੇ ਧੋਖਾ ਕੀਤਾ ਗਾ, ਅਤੇ ਨਾ ਹੀ ਕਰਨ ਦੀ ਲੋੜ ਆਪਾਂ ਨੂੰ। ਤੁਹਾਡਾ ਕੰਮ ਕਿਹਾ ਸੀਗਾ, ਆਹ ਤੁਹਾਡਾ ਕੰਮ ਦੇਖ ਲਓ, ਸਾਈਨ ਕਿਹਾ ਸੀ, ਆਹ ਲੈ ਆਪਾਂ ਸਾਈਨ ਕਰਦੇ। ਹਾਂਜੀ ਹਾਂਜੀ, ਮਰਵਾਓ ਘੁੱਗੀ ਕੁੜੀ। ਹਾਂ ਘੁੱਗੀ ਤਾਂ ਮਾਰ ਦਿਆਂਗੇ ਜੀ, ਹੁਣ ਤੁਸੀਂ ਵੀ ਧਿਆਨ ਰੱਖਿਓ, ਕੱਲ੍ਹ ਨੂੰ ਇਹ ਨਾ ਹੋਵੇ ਘੁੱਗੀ ਮਰਵਾ ਜੇ ਤੁਸੀਂ ਸਾਈਡ 'ਤੇ ਹੋ ਜਾਓ। ਉਹ ਨਹੀਂ ਨਹੀਂ ਸਰਪੰਚ ਸਾਹਿਬ, ਇੱਦਾਂ ਦੀ ਕੋਈ ਗੱਲ ਨਹੀਂ। ਕੰਮ ਤਾਂ ਕੋਈ ਨਹੀਂ ਜੀ, ਕੰਮ ਤਾਂ ਤੁਸੀਂ ਜਿਹੜਾ ਤੁਸੀਂ ਕਿਹਾ ਕਰੋਗੇ ਨਾ 2 ਮਿੰਟਾਂ 'ਚ ਹੋ ਜਾਇਆ ਕਰੂਗਾ। ਵੀ ਚੰਨੀ ਤਾਂ ਹੈ ਨਹੀਂਗਾ, ਵੀ ਇੱਥੇ ਮਗਰ ਤੁਰੇ ਫਿਰੋਗੇ, ਮਗਰ ਤੁਰਨ ਦੀ ਲੋੜ ਨਹੀਂ, ਇੰਨੀ 'ਚ ਪਹੁੰਚ ਆਪਾਂ ਰੱਖਦੇ ਹਾਂ। ਆਹ ਲਓ ਅੰਕਲ ਜੀ, ਆਹ ਲਓ ਭਾਈ। ਹੈਲੋ ਭਾਈ, ਹੋਰ ਦੱਸੋ ਜੀ ਸੇਵਾ। ਸਰਪੰਚ ਸਾਹਿਬ, ਆ ਤਾਂ ਤੁਸੀਂ ਬਹੁਤ ਸੋਹਣਾ ਕੰਮ ਕੀਤਾ, ਹੁਣ ਤਾਂ ਸਾਨੂੰ ਵੀ ਤੁਹਾਡੇ ਬਾਰੇ ਸੋਚਣਾ ਪਊ। ਆ ਕੀ ਗੱਲ ਜੀ, ਹਜੇ ਤੁਸੀਂ ਸੋਚੋਗੇ? ਉਹ ਨਹੀਂ ਨਹੀਂ ਸਰਪੰਚ ਸਾਹਿਬ, ਸੋਚਣ ਦੇ ਵੀ ਕਈ ਤਰੀਕੇ ਹੁੰਦੇ ਨੇ, ਤੁਸੀਂ ਟੈਨਸ਼ਨ ਨਾ ਲਓ, ਤੁਹਾਡੀ ਸੀਟ ਪੱਕੀ ਆ। ਉਹ ਟੈਨਸ਼ਨ ਤਾਂ ਸਾਨੂੰ ਕਾਹਦੀ ਹੈ ਜੀ, ਚੱਲ ਕੋਈ ਗੱਲ ਨਹੀਂ, ਮੈਨੂੰ ਐਂ ਜੇ ਕਹਿੰਦਾ ਨਾ ਜੀ ਸੋਚਾਂਗੇ, ਉਹ ਮੈਨੂੰ ਐਂ ਹੁੰਦਾ ਕਿਤੇ ਬਾਅਦ ਚਲੋ, ਤੁਸੀਂ ਕਹਿੰਦੇ ਅਸੀਂ ਸੋਚਿਆ ਨੀਗਾ ਜੀ, ਮੈਂ ਤਾਂ ਪਹਿਲੇ ਵਾਰ ਤੁਹਾਡਾ ਕੰਮ ਕੀਤਾ, ਹੁਣ ਤੁਹਾਡੇ ਹੱਕ ਬਣਦਾ, ਧਿਆਨ ਰੱਖਿਓ। ਨਾ ਨਾ ਕੋਈ ਗੱਲ ਨਹੀਂ ਜੀ। ਆ ਦੇਖ ਲਾ, ਇਹ ਕਿਸੇ ਨੂੰ ਅੱਜ ਤੱਕ ਕੁੜੀ ਨੇ ਜ਼ਮੀਨ ਨਹੀਂ ਦਿੱਤੀ ਸੀਗੀ। ਆ ਤਾਂ ਬਹੁਤ ਸਾਰਾ ਕੰਮ ਕੀਤਾ ਕੁੜੀਆ, ਤਾਂ ਜ਼ਮੀਨ ਵਾਲਾ ਕੰਮ ਨਿਬੇੜ ਕੇ ਐਵੇਂ ਲੜਾਈ ਝਗੜੇ 'ਚ ਕੀ ਰੱਖਿਆ। ਹਾਂਜੀ ਇਹ ਤਾਂ ਹੈਗਾ, ਆਪਾਂ ਕਿਹੜਾ ਕਿਸੇ ਲੜਾਈ ਝਗੜਾ ਕਰਿਆ ਜੀ, ਤੁਹਾਨੂੰ ਕਿਹਾ ਸੀਗਾ, ਜਿਹੜੀ ਗੱਲ ਤੁਹਾਨੂੰ ਕਹੀ ਸੀ ਉਹਦੇ ਫੁੱਲ ਚੜਾਏ ਕਿ ਨਹੀਂ ਚੜਾਏ? ਚੜਾਏ ਨੇ ਸਰਪੰਚ ਸਾਹਿਬ, ਚੜਾਏ ਨੇ। ਇਹ ਗੱਲ ਧਿਆਨ 'ਚ ਰੱਖਿਓ, ਕੰਮ ਤੁਸੀਂ ਮੈਨੂੰ ਹੋਰ ਵੀ ਭਾਵੇਂ ਪਿੰਡ 'ਚ ਕਹਿ ਕੇ ਦੇਖ ਲਓ, 2 ਮਿੰਟਾਂ 'ਚ ਕੰਮ ਹੋਊਗਾ, ਬੰਦੇ ਦੀ ਪਹੁੰਚ ਚਾਹੀਦੀ ਆ। ਠੀਕ ਹੈ ਸਰਪੰਚ ਸਾਹਿਬ, ਠੀਕ ਹੈ, ਚਲੋ ਠੀਕ ਹੈ ਜੀ, ਧੰਨਵਾਦ ਤੁਹਾਡਾ। ਚਾਹ ਪਾਣੀ ਤਾਂ ਬਣਾਓ ਸੱਚਾ। ਹਾਂਜੀ ਮੈਂ ਬਣਾਉਣੀ ਆ। ਨਹੀਂ ਨਹੀਂ ਜੀ, ਬਸ ਚਾਹ ਦੀ ਕੋਈ ਜ਼ਰੂਰਤ ਨਹੀਂ, 2 ਮਿੰਟ ਲੱਗਣਗੇ। ਤੁਸੀਂ ਸਰਪੰਚ ਸਾਹਿਬ ਆਹ ਕੰਮ ਕੀਤਾ ਨਾ,
ਬਸ ਇਹੀ ਚਾਹ ਵਰਗਾ ਹੀ ਹੈ। ਚਲੋ ਫਿਰ ਐਂ ਕਰਦੇ ਆਪਣੇ ਘਰ ਚੱਲ ਵੜਦੇ, ਉੱਥੇ ਚਾਹ ਪਾਣੀ ਪੀ ਕੇ ਤੁਹਾਨੂੰ ਫੇਰ ਹੀ ਜਾਣ ਦੇਊਗਾ। ਚਲੋ ਜੀ ਆ ਜਾਓ। ਲੈ ਸਰਪੰਚ ਸਾਹਿਬ ਚਾਹ ਮੈਂ ਇੱਥੇ ਬਣਾ ਦਿੰਦੀ। ਕੋਈ ਗੱਲ ਨਾ, ਇੱਕੋ ਹੀ ਗੱਲ ਦਾ ਕੋਈ ਆ ਜਾਊਗਾ ਤੇ ਫੇਰ, ਕਿਉਂਕਿ ਆਪਣਾ ਕੰਮ ਹੋ ਗਿਆ ਨਾ। ਚਲੋ ਕੋਈ ਨਾ, ਮੇਰੇ ਘਰੇ ਜਾ ਆਵਾਂਗੇ ਬਾਹਰ ਨਾ। ਹਾਂਜੀ ਆ ਜਾਓ ਜੀ ਆ ਜਾਓ। ਚਲ ਸ਼ੁਕਰ ਆ, ਬਸ ਹੁਣ ਨਾ ਖੈਰ ਸੁੱਖ ਨਾਲ ਸਰਪੰਚ ਸਾਹਿਬ ਨੂੰ ਸੀਟ ਮਿਲ ਜੇ ਫੇਰ ਸਾਰੀ ਟੈਨਸ਼ਨ ਫ੍ਰੀ ਹੋਊਂਗੀ ਮੈਂ। ਹਲੇ ਉਹਨਾਂ ਟਾਈਮ ਤਾਂ ਟੈਨਸ਼ਨ ਲੱਗੀ ਰਹਿਣੀ ਆ। ਹੋਰ ਪਾ ਕੇ ਥੋੜ੍ਹਾ ਜਿਹਾ। ਨਹੀਂ ਨਹੀਂ ਜੀ ਬਸ। ਲਓ ਜੀ ਸਰਪੰਚ ਸਾਹਿਬ, ਹੁਣ ਆਪਾਂ ਪੇਮੈਂਟ ਵੀ ਪਾ ਦਿੱਤੀ ਹੈ ਅਤੇ ਤੁਹਾਡਾ 2 ਲੱਖ ਰੁਪਇਆ ਵੀ ਪਾਤਾ ਮੈਂ। ਉਹ ਨਾ ਜੀ, ਮੇਰਾ 2 ਲੱਖ ਭਾਵੇਂ ਨਾ ਆਉਂਦੇ, ਮੈਂ ਤੁਹਾਨੂੰ ਦੱਸਿਆ ਮੈਂ ਤਾਂ ਹੈਗਾ ਸੱਚਾ ਸੁੱਚਾ ਬੰਦਾ, ਮੈਨੂੰ ਪੈਸਾ ਪੂਸਿਆਂ ਦੀ ਲੋੜ ਨਹੀਂ। ਜਿਹੜੀ ਚੀਜ਼ ਕਹੀ ਆ ਮੈਨੂੰ ਤਾਂ ਉਹੀ ਚਾਹੀਦੀ ਆ ਬਸ। ਮੈਨੂੰ ਸੀਟ ਕਿਹਾ ਸੀਟ ਹੀ ਚਾਹੀਦਾ, ਜਿਹੜਾ ਖਰਚਾ ਹੋਊਗਾ ਸੀਟ 'ਤੇ ਉਹ ਵੀ ਮੈਂ ਕਰੂੰਗਾ, 700 ਰੁਪਇਆ ਨਹੀਂ ਲਵਾਉਂਦਾ, ਬਸ ਮੈਨੂੰ ਤਾਂ ਸੀਟ ਚਾਹੀਦੀ ਇਕੱਲੀ। ਉਹ ਕੋਈ ਗੱਲ ਨਹੀਂ ਸਰਪੰਚ ਸਾਹਿਬ, ਤੁਸੀਂ ਸਾਡਾ ਐਡਾ ਕੰਮ ਕੀਤਾ, ਸਾਡਾ ਮਾਣ ਤਾਣ ਕਰਨਾ ਤਾਂ ਬਣਦਾ ਹੀ ਹੈ। ਬਸ ਮੇਰੇ ਵਾਸਤੇ ਤਾਂ ਇਹੀ ਮਾਣ ਤਾਣ ਆ ਜੀ, ਬਸ ਮੈਨੂੰ ਕਿਹਾ ਤੁਸੀਂ ਸੀਟ ਦੇ ਦਿਓ, ਮੈਂ ਤਾਂ ਬਸ ਫਿਰ ਉਦੋਂ ਬਾਅਦ ਚੰਨੀ ਨਾਲ ਹੀ ਦੇਖਣਾ 2 ਹੱਥ। ਚਲੋ ਠੀਕ ਆ ਜੀ, ਜਿਵੇਂ ਤੁਹਾਨੂੰ ਚੰਗਾ ਲੱਗਦਾ ਗਾ। ਚਲੋ ਠੀਕ ਹੈ ਸਰਪੰਚ ਸਾਹਿਬ, ਅਸੀਂ ਹੁਣ ਚੱਲਦੇ ਹਾਂ। ਇਹ ਤਾਂ ਅਸੀਂ ਤੁਹਾਡਾ ਮਾਣ ਰੱਖਤਾ ਘਰ ਆ ਕੇ, ਸਾਡੇ ਕੋਲ ਟਾਈਮ ਥੋੜ੍ਹਾ ਹੀ ਸੀ। ਉਹ ਚਲੋ ਜੀ, ਤੁਹਾਡੇ ਕੋਲ ਤਾਂ ਟਾਈਮ ਉਹ ਵੀ ਥੋੜ੍ਹਾ ਹੀ ਹੁੰਦਾ। ਚਲ ਇੰਨੇ ਬਹੁਤਾ, ਤੁਸੀਂ ਮੇਰੇ ਘਰੇ ਆ ਕੇ ਤੁਹਾਡਾ ਧੰਨਵਾਦ ਜੀ। ਠੀਕ ਹੈ ਜੀ, ਠੀਕ ਹੈ। ਹਾਂ ਚਲੋ ਚੱਲਦੇ ਹਾਂ ਜੀ ਫਿਰ ਅਸੀਂ ਵੀ। ਚਲੋ ਪ੍ਰੋਜੈਕਟ ਜੇ ਵਾਸਤੇ ਇੰਜੀਨੀਅਰ ਆਏ ਹੋਏ। ਹਾਂ ਉਹ ਤੁਸੀਂ ਆਪਦੇ ਤਿਆਰੀਆਂ ਕਰੋ ਜੀ, ਕੁਛ ਮਰਜ਼ੀ ਲਾਓ, ਅਸੀਂ ਦੇਖ ਜਿਹੜਾ ਮੈਂ ਕੰਮ ਕਰਨਾ ਤੁਹਾਡੇ ਵਾਸਤੇ ਕਰਤਾ, ਹੁਣ ਤੁਹਾਡੀ ਜ਼ਿੰਮੇਵਾਰੀ ਰਹਿ ਗਈ। ਪ੍ਰੋਜੈਕਟ ਜਿਹੜਾ ਕੁਛ ਲਾਉਣਾ ਲਾਓ, ਲਸਣ ਲਾਓ, ਗੁੰਡਾ ਲਾਓ, ਮੈਨੂੰ ਕੀ ਜੀ, ਕੁਛ ਮਰਜ਼ੀ ਕਰੋ, ਪੈਟਰੀਆਂ ਲਾਓ, ਕੁਛ ਲਾਓ, ਆਪਣੇ ਮੈਨੂੰ ਕੰਮ ਖਤਮ ਆ ਜੀ। ਠੀਕ ਹੈ ਜੀ, ਠੀਕ ਠੀਕ ਹੈ ਜੀ, ਠੀਕ ਹੈ, ਧੰਨਵਾਦ ਤੁਹਾਡਾ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਇਹ ਗੱਲਾਂ ਸਕੀਮਾਂ ਹੋਰ ਹੀ ਲਾਈ ਜਾਂਦੇ ਚਾਰਨਿਆ, ਮੈਨੂੰ ਤਾਂ ਡਰ ਲੱਗ ਜਾਂਦਾ ਜਿੰਨੇ ਤੱਕ ਸੀਟ ਨਹੀਂ ਮਿਲਦੀ। ਕਿਹੜਾ ਲਸਣ ਗੰਢਾ ਕਿਤੇ ਹੋਰ ਹੀ ਨਾ ਮੇਰੇ ਤੋਂ ਕੋਈ ਸਕੀਮ ਲਾ ਜਾਣ, ਜੇ ਕੋਈ ਉੱਨੀ 21 ਹੋ ਗਈ ਨਾ ਮੈਂ ਨਾ ਛੱਡੂ ਤੈਨੂੰ ਚੰਨੀਆਂ ਐਂ ਤੱਕ, ਭਾਵੇਂ ਕੁਛ ਵੀ ਹੋ ਜੇ। ਜਿਹੜੀ ਮੇਰੀ ਨਰਵਾਈ ਆ ਨਾ, ਇਹ ਤਾਂ ਕਿੱਧਰੇ ਕਿੱਧਰੇ ਜਾਊਗੀ, ਫਿਰ ਸਾਰਾ ਕੁਛ ਭੁੱਲ ਜੂੰਗਾ, ਸਰਪੰਚੀ ਵੀ ਭੁੱਲ ਜੂੰਗਾ, ਪਰ ਚੰਨੀਆਂ ਤੈਨੂੰ ਜਿਉਂਦਾ ਨਹੀਂ ਛੱਡੂੰਗਾ, ਦੇਖੀ ਜੋ।